ਅਰੀ ਵੇਚ ਵਟਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਘਟਕੇ ਕੱਚੇ ਮਾਰ ਵੰਝਲੀ ਆਨੰਦ ਆ ਗਿਆ ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ ਧਨੀ ਰਾਮ ਚਾਤਰਕ ਸਾਹਿਬ ਦੀਆਂ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਤੇ ਨਾਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਵਿਸ਼ਾਖੀ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਖਾਲਸਾ ਦਾ ਸਾਜਨਾ ਦਿਵਸ ਨਾਲ ਨਾਲ ਵਿਸਾਖੀ ਬਹੁਤ ਹੀ ਪਵਿੱਤਰ ਦਿਹਾੜਾ ਅੱਜ ਦਾ ਜਿਹੜਾ ਅਸੀਂ ਮਨਾ ਰਹੇ ਹਾਂ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨੇ ਆ ਜੀ ਲੱਖ-ਲੱਖ ਵਧਾਈਆਂ ਦਿੰਨੇ ਆ ਸਭ ਤੋਂ ਨਾਲ ਦੀ ਨਾਲ ਬੇਨਤੀ ਕਰਦੇ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਸਾਰੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਪ੍ਰਮਾਤਮਾ ਰੱਖੇ ਔਰ ਅੱਜ ਦੇ ਪਵਿੱਤਰ ਦਿਹਾੜੇ ਦੀ ਮੈਂ ਜੇ ਗੱਲ ਕਰਾਂ ਤਾਂ ਮੈਂ ਜ਼ਰੂਰ ਬੇਨਤੀ ਕਰਨੀ ਚਾਹਣਾ ਸਾਡੇ ਦਰਸ਼ਕਾਂ ਨੂੰ ਜਿੰਨੇ ਵੀ ਬੈਠੇ ਨੇ ਸਾਡੇ ਕੋਲ ਇੱਥੇ ਵੀ ਮਹਿਮਾਨ ਬੈਠੇ ਨੇ ਤੇ ਸਾਡੇ ਕੋਲ ਘਰਾਂ ਦੇ ਵਿੱਚ ਵੀ ਤੁਸੀਂ ਬੈਠੇ ਦੇਖ ਰਹੇ ਹੋ ਪ੍ਰੋਗਰਾਮ ਤੇ ਸਾਰਿਆਂ ਨੂੰ ਬੇਨਤੀ ਜ਼ਰੂਰ ਹੈ ਕਿ ਬੱਚਿਆਂ ਨੂੰ ਸਾਨੂੰ ਅੱਜ ਦੇ ਪਵਿੱਤਰ ਦਿਹਾੜੇ ਬਾਰੇ ਜ਼ਰੂਰ ਦੱਸਿਆ ਜਾਵੇ ਪੈਸੇ ਤਾਂ ਅਸੀਂ ਵੀ ਜਦੋਂ ਛੋਟੇ-ਛੋਟੇ ਸੀਗੇ ਤੇ ਸਾਨੂੰ ਵੀ ਮੇਲੇ ਦਾ ਹੀ ਪਤਾ ਸੀਗਾ ਵੀ ਪਿੰਡਾਂ ਦੇ ਵਿੱਚੋਂ ਮੇਲਾ ਦੇਖਣ ਜਾਈ ਦਸਗਾ ਕਿ ਅੱਜ ਵਿਸਾਖੀ ਵਾਲਾ ਮੇਲਾ ਹੈ ਹੌਲੀ-ਹੌਲੀ ਇਤਿਹਾਸ ਦਾ ਪਤਾ ਲੱਗਿਆ ਅੱਜ ਖਾਲਸਾ ਦਾ ਸਾਜਨਾ ਦਿਵਸ ਵੀ ਹੈਗਾ ਸੋ ਕੁੱਲ ਮਿਲਾ ਕੇ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਔਰ ਅੱਜ ਦਾ ਵਿਸਾਖੀ ਮੇਲਾ ਜਿਹੜਾ ਅਸੀਂ ਮਨਾ ਰਹੇ ਜੀ ਸਾਖੀ ਵਿਸਾਖੀ ਦਾ ਖ ਸਾਡੇ ਦਰਸ਼ਕਾਂ ਨੂੰ ਪਤਾ ਹੈ ਚੱਲ ਰਿਹਾ ਕੁਝ ਦਿਨਾਂ ਤੋਂ ਹੁਣ ਲਗਭਗ ਆਖਰੀ ਪੜਾਅ ਤੇ ਉੱਪਰ ਅਸੀਂ ਹੈਗੇ ਹਾਂ ਤੇ ਅਗਲੇ ਵੀਕ ਤੋਂ ਬਕਾਇਦਾ ਸਟੂਡੀਓ ਦੇ ਵਿੱਚੋਂ ਪ੍ਰੋਗਰਾਮ ਕਰਨੇ ਸ਼ੁਰੂ ਕਰਾਂਗੇ ਤੇ ਇਸ ਪੜਾਅ ਦੇ ਵਿੱਚ ਚੱਲਦੇ-ਚੱਲਦੇ ਜਿਵੇਂ ਅਸੀਂ ਮਿਲਵਾਕੀ ਤੋਂ ਪ੍ਰੋਗਰਾਮ ਕੀਤੇ ਕੱਲ ਦੇ ਪ੍ਰੋਗਰਾਮ ਜਦੋਂ ਕੀਤੇ ਸੀ ਤਾਂ ਬਹੁਤ ਸਾਰੇ ਦਰਸ਼ਕਾਂ ਨੇ ਬੜਾ ਪਸੰਦ ਕੀਤੇ ਕੱਲ ਦੇ ਪ੍ਰੋਗਰਾਮ ਵੈਸੇ ਵੀ ਜਦੋਂ ਅਸੀਂ ਕਮਿਊਨਿਟੀ ਦੇ ਵਿੱਚ ਜਾਂਦੇ ਹਾਂ ਪੰਜਾਬੀਆਂ ਦੇ ਵਿੱਚ ਜਾਂਦੇ ਹਾਂ ਉਦੋਂ ਕੋਈ ਵੀ ਪ੍ਰੋਗਰਾਮ ਕਰਦੇ ਹਾਂ ਤਾਂ ਸਾਡੇ ਦਰਸ਼ਕ ਬਹੁਤ ਪਸੰਦ ਕਰਦੇ ਹਨ ਬੜਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਬੜਾ ਕੁਝ ਸੁਣਨ ਨੂੰ ਦੇਖਣ ਨੂੰ ਮ ਸੋ ਅਸੀਂ ਕੁਮੜੇ ਕਮਾਉਂਦੇ ਅੱਜ ਆ ਗਏ ਜੀ ਇਹ ਸਾਊਥ ਬੈਂਡ ਸਟੇਟ ਦਾ ਨਾਮ ਹੈ ਜੀ ਤੇ ਸ਼ਹਿਰ ਦਾ ਨਾਮ ਆ ਮਿਸਵਾਕਾ ਇੱਥੇ ਇੰਡੀਆ ਗਾਰਡਨ ਹੈਗਾ ਅਮਰਜੀਤ ਸਿੰਘ ਚੀਮਾ ਜੀ ਉਹਨਾਂ ਦਾ ਅੱਜ ਅਸੀਂ ਉਹਨਾਂ ਦੇ ਇਸ ਰੈਸਟੋਰੈਂਟ ਦੇ ਵਿੱਚੋਂ ਪ੍ਰੋਗਰਾਮ ਕਰ ਰਹੇ ਹਾਂ ਔਰ ਸਾਡੇ ਨਾਲ ਮਹਿਮਾਨ ਵੀ ਜੁੜਨਗੇ ਤੇ ਹੁਣ ਜਿਹੜੇ ਮਹਿਮਾਨ ਜੁੜੇ ਨੇ ਬੜਾ ਖੂਬਸੂਰਤ ਮੈਂ ਕਹਿੰਨਾ ਜਿਵੇਂ ਪਹਿਲਾਂ ਕਹਿੰਦੇ ਨੇ ਫੜੀ ਮਾਂ ਰੋਟੀਆਂ ਮੈਨੂੰ ਮੁੰਡਾ ਦੇਖ ਲੈਣ ਦੇ ਪੁਰਾਣੀਆਂ ਕਹਾਵਤਾਂ ਨੇ ਤੇ ਬੜਾ ਹੀ ਸੋਹਣਾ ਸਨੱਖਾ ਮੁੰਡਾ ਸਮਾਰਟ ਕਿਉਂਕਿ ਅਮਰਜੀਤ ਸਿੰਘ ਚੀਮਾ ਜੀ ਦਾ ਬੇਟਾ ਹੈ ਉਹ ਮੇਰੇ ਨਾਲ ਬੈਠਾ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਨਾਲ ਨਾਲ ਜਾਣਾਂਗੇ ਰੈਸਟੋਰੈਂਟ ਬਾਰੇ ਤੇ ਨਾਲ ਦੀ ਨਾਲ ਇੱਕ ਵਾਰ ਫਿਰ ਬਹੁਤ ਬਹੁਤ ਵਸਤਾਖੀ ਦੀ ਵਧਾਈ ਗੁਰਜੀਤ ਸਿੰਘ ਚੀਮਾ ਦਾ ਸਵਾਗਤ ਕਰਦੇ ਹਾਂ ਜੀ ਗੁਰਜੀਤ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਸਿਕਾ ਜੀ ਹੋਰ ਸਭ ਕੀ ਹਾਲ ਚਾਲ ਮੈਂ ਠੀਕ ਹਾਂ ਤੁਸੀਂ ਸੁਣਾ ਮੈਂ ਕਹਿੰਦਾ ਰੈਸਟੋਰੈਂਟ ਦੀ ਗੱਲ ਕਰਨ ਤੋਂ ਪਹਿਲਾਂ ਨਾ ਹੁਣ ਜਿੰਨੇ ਲੋਕਾਂ ਨੇ ਪ੍ਰੋਬਲਮ ਦੇਖ ਰਹੇ ਨੇ ਅਸੀਂ ਜਦੋਂ ਵੀ ਕਿਸੇ ਯੰਗ ਮੁੰਡੇ ਨਾਲ ਯੰਗ ਬੱਚੇ ਨਾਲ ਪ੍ਰੋਬਲਮ ਕਰਦੇ ਸਾਨੂੰ ਕਈ ਫੋਨ ਆਉਂ ਨੇ ਨਹੀਂ ਵੈਰ ਨਹੀਂ ਹੋਇਆ ਅੱਜ ਦੇ ਪ੍ਰੋਗਰਾਮ ਤੁਹਾਾਰੀ ਕਿਤੇ ਬਹੁਤ ਆਉਣੇ ਆ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਪ੍ਰੋਗਰਾਮ ਲੋਕ ਦੇਖਦੇ ਨੇ ਪੂਰੀ ਦੁਨੀਆ ਤੋਂ ਨਾਲ ਜੁੜਦੇ ਨੇ ਲੱਖਾਂ ਪੰਜਾਬੀ ਸੋ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਤੇ ਨਾਲ ਖਾਲਸਾ ਦਿਵਸ ਦੀ ਆਪਣੇ ਬਹੁਤ-ਬਹੁਤ ਵਧਾਈ ਥੈਂਕ ਯੂ ਅੱਛਾ ਤੇ ਇੱਥੇ ਹੀ ਆਪਾਂ ਕਿੰਨੀ ਬੋਰਨ ਤੁਸੀਂ ਇੱਥੋਂ ਦੇ ਕਿੰਡੀਆ ਦੇ ਬੋਰਨ ਮੈਂ ਪੰਜਾਬ ਜੀ ਜਲੰਧਰ ਅੱਛਾ ਹਾਂਜੀ ਤੇ ਕਿੰਨੇ ਕਿੰਨੀ ਕੁ ਏਸੀ ਜਦੋਂ ਇੱਧਰ ਆ ਗਏ ਅਮਰੀਕਾ ਦੇ ਵਿੱਚ ਆ ਆਈ ਥਿੰਕ ਐਕ ਸਾਲ ਦਾ ਹੋਣਾ ਮੈਂ ਜਦੋਂ ਇੱਥੇ ਆਇਆ ਹਾਂ ਹਾਂਜੀ ਅੱਛਾ ਤਾਂ ਹੀ ਫਿਰ ਥੋੜਾ ਜਿਹਾ ਬੋਲਣ ਦਾ ਸਟਾਈਲ ਇਹਦੇ ਨਾਲ ਪਰ ਵਧੀਆ ਪੰਜਾਬੀ ਫਿਰ ਵੀ ਬੋਲ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਸਟੱਡੀ ਵਗੈਰਾ ਵਾਲਾ ਦੱਸੋ ਸਟੱਡੀ ਵਗੈਰਾ ਕੀ ਕੀ ਕੀਤੀ ਹੈ ਤੇ ਕੀ ਕੀ ਅੱਗੇ ਕਰਨ ਦਾ ਇਰਾਦਾ ਸਟੱਡੀ ਮੈਂ ਹਾਈ ਸਕੂਲ ਕੰਪਲੀਟ ਕੀਤਾ ਬਾਕੀ ਅੱਗੇ ਮੈਂ ਬਿਜ਼ਨਸ 'ਚ ਜ਼ਿਆਦਾ ਇੰਟਰਸਟ ਆ ਸ਼ੁਰੂ ਤੋਂ ਯੂ نو ਡੈਡੀ ਡੈਡੀ ਵੱਲ ਦੇਖ ਕੇ ਬਿਜ਼ਨਸ 'ਚ ਇੰਟਰਸਟ ਆ ਹਾਂਜੀ ਵਾਹ ਜੀ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਜੀ ਆਮ ਤੌਰ ਤੇ ਅਸੀਂ ਦੇਖਿਆ ਨਿਆਣੇ ਬੱਚੇ ਜਿਹੜੇ ਹੈਗੇ ਨੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੈਗੇ ਆ ਹਲਵਾਈ ਦਾ ਮੁੰਡਾ ਕਦੇ ਹਲਵਾਈ ਨਹੀਂ ਬਣਦਾ ਡਾਕਟਰ ਦਾ ਮੁੰਡਾ ਈਵਨ ਡਾਕਟਰ ਨਹੀਂ ਬਣਦਾ ਪਤਾ ਨਹੀਂ ਕੀ ਹੈਗਾ ਵਕੀਲ ਦਾ ਮੁੰਡਾ ਨਹੀਂ ਨਹੀਂ ਕਹਿੰਦਾ ਮੈਂ ਤਾਂ ਕੋਈ ਹੋਰ ਕੰਮ ਕਰੂੰਗਾ ਮੈਂ ਆਪਣੀ ਗੱਲ ਦੱਸ ਦਿੰਨਾ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਕਲਾਕਾਰੀ ਲਾਈਨ 'ਚ ਪੈ ਗਿਆ ਤੇ ਮੈਂ ਆਪਣੇ ਮੁੰਡੇ ਨੂੰ ਪੁੱਛਿਆ ਵੀ ਤੂੰ ਕਿਸੇ ਨੇ ਪੁੱਛਿਆ ਕੋਈ ਗੈਸਟ ਆਏ ਸੱਚੀ ਗੱਲ ਹੈ ਗੈਸਟ ਘਰੇ ਆਏ ਉਹਨੇ ਪੁੱਛਿਆ ਵੀ ਪੁੱਤ ਤੂੰ ਵੀ ਵੱਡਾ ਹੋ ਕੇ ਮੈਂ ਕਲਾਕਾਰ ਬੰਨਾ ਕਹਿੰਦਾ ਨਹੀਂ ਮੈਂ ਕੋਈ ਚੱਜਦਾ ਕੰਮ ਕਰੂੰਗਾ ਇਸੋ ਬੜੀ ਚੰਗੀ ਗੱਲ ਇਹ ਹੈ ਕਿ ਸਾਡੇ ਬੱਚੇ ਜਿਹੜੇ ਮਾਪ ਦਾ ਕੰਮ ਸਾਂਭਦੇ ਨੇ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈਗੀ ਹੈ। ਅੱਛਾ ਸਟੱਡੀ ਤੋਂ ਬਾਅਦ ਤੁਸੀਂ ਬਿਜ਼ਨਸ ਦੇ ਵਿੱਚ ਆ ਗਏ। ਹਾਂਜੀ ਸਟੱਡੀ ਤੋਂ ਬਾਅਦ ਇਹ ਬਿਜ਼ਨਸ ਕਿਉਂ ਵਧੀਆ ਲੱਗਿਆ ਇਹਦੇ ਵਿੱਚ ਹਾਰਡ ਵਰਕਿੰਗ ਬਹੁਤ ਜ਼ਿਆਦਾ ਰੈਸਟੋਰੈਂਟ ਦੇ ਕੰਮ ਦੇ ਵਿੱਚ ਤਾਂ ਤੁਸੀਂ ਕੰਮ ਬਹੁਤ ਕਰਨਾ ਪੈਂਦਾ। ਜੌਬ ਦੇ ਵਿੱਚ ਸਾਨੂੰ ਕੰਮ ਕੋਈ ਕਰਨਾ ਨਹੀਂ ਪੈਂਦਾ। ਇਹ ਕਿਉਂ ਤੁਹਾਡੇ ਮਨ ਦੇ ਵਿੱਚ ਆਇਆ? ਮੈਨੂੰ ਸ਼ੁਰੂ ਤੋਂ ਲੋਕਾਂ ਨਾਲ ਗੱਲਬਾਤ ਕਰਨੀ ਪਸੰਦ ਆ। ਉਹ ਬਿਜ਼ਨਸ ਇੰਦਾਂ ਹੀ ਹੁੰਦਾ ਫਿਰ ਯੂ ਸ਼ੁਰੂ ਤੋਂ ਹੀ ਇੰਟਰਸ ਬਿਜ਼ਨਸ ਤਾਂ ਇਹ ਨਹੀਂ ਦਈਦਾ ਤੇ ਮਤਲਬ ਔਖਾ ਨਹੀਂ ਲੱਗਦਾ ਔਖਾ ਨਹੀਂ ਲੱਗਦਾ ਨਹੀਂ ਤੇ ਹੁਣ ਫੁੱਲ ਟਾਈਮ ਕਰਦੇ ਹੋ ਇੱਥੇ ਇੰਡੀਆ ਗਾਰਡਨ ਦਾ ਕੰਮ ਸੰਭਲਦੇ ਹੋ ਹਾਂਜੀ ਫੁੱਲ ਟਾਈਮ ਤੇ ਇਹਦਾ ਨਾਮ ਬੜਾ ਵਧੀਆ ਵੱਖਰਾ ਜਿਹਾ ਇੰਡੀਆ ਗਾਰਡਨ ਇਹ ਪਹਿਲਾਂ ਦਾ ਹੀ ਕਿੰਨਾ ਪੁਰਾਣਾ ਹੈਗਾ ਰੈਸਟੋਰੈਂਟ ਇਹ ਨਹੀਂ ਪਹਿਲਾਂ ਸਟਾਰ ਇੰਡੀਆ ਹੁੰਦਾ ਸੀ ਬਾਅਦ ਚ ਫੇ ਇੰਡੀਆ ਗਾਰਡਨ ਕੀਤਾ ਸੀ ਠੀਕ ਹੈ ਹਾਂਜੀ ਤੇ ਹੁਣ ਤੁਸੀਂ ਇਹ ਜਿਵੇਂ ਇੱਕ ਦਾ ਰੈਸਟੋਰੈਂਟ ਹੈਗਾ ਇੱਕ ਤੁਹਾਡਾ ਗ੍ਰੋਸਰੀ ਸਟੋਰ ਵੀ ਨਾਲ ਹੀ ਹੈਗਾ ਤੇ ਅੱਗੇ ਹੋਰ ਰੈਸਟੋਰੈਂਟਾਂ ਨੂੰ ਹੀ ਹੋਰ ਵਧਾਓਗੇ ਜਾਂ ਕੋਈ ਹੋਰ ਕੰਮ ਬਿਜ਼ਨਸ ਬਾਰੇ ਨਾਲ ਸੋਚੋਗੇ ਰੈਸਟੋਰੈਂਟ ਵੀ ਬਦੌਣ ਆਪੇ ਹੋਰ ਕੰਮ ਵੀ ਦੇਖੂਗੇ ਉਹਦਾ ਟਾਈਮ ਨਹੀਂ ਪਤਾ ਲੱਗੂਗਾ ਅੱਛਾ ਇੰਡੀਆ ਗਾਰਡਨ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਤੁਹਾਡੇ ਫਾਦਰ ਸਾਹਿਬ ਬੈਠੇ ਨੇ ਅਮਰਜੀਤ ਸਿੰਘ ਬੈਠੇ ਨੇ ਉਹਨਾਂ ਨਾਲ ਵੀ 2 ਮਿੰਟ ਗੱਲ ਕਰਾਂਗੇ ਜ਼ਰੂਰ ਇੰਡੀਆ ਗਾਰਡਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਖਾਸੀਅਤ ਕੀ ਸਪੈਸ਼ਲਿਟੀ ਹੈ ਸਪੈਸ਼ਲਿਟੀ ਆਪਣੀ ਆਪਣੀ ਮੀਨੂ ਦੀ ਵੈਰਾਈਟੀ ਵੈਰਾਈਟੀ ਬਹੁਤ ਹੈ ਆਪਣੀ ਮੀਨੂ ਦੀ ਉਹ ਸਪੈਸ਼ਲਿਟੀ ਹੈ ਹਾਂਜੀ ਇਹ ਹੁਣ ਕੋਵਿਡ ਤੋਂ ਬਾਅਦ ਕੰਮ ਕਰ ਸ਼ੁਰੂ ਹੋ ਗਿਆ ਕੋਵਿਡ ਦੌਰਾਨ ਤੋਂ ਡੱਕ ਮੇਰੇ ਕੰਮ ਕਵਰ ਵੀ ਠੀਕ ਰਿਹਾ ਟੇਕ ਆਊਟ ਬਫੇ ਦਾ ਕੰਮ ਥੋੜਾ ਘਟ ਗਿਆ ਬਫੇ ਕਰ ਨਹੀਂ ਸਕਦੇ ਪਰ ਬਾਕੀ ਸਭ ਸਹੀ ਸੀ ਵੈਸੇ ਇੱਕ ਗੱਲ ਚੰਗੀ ਹੋ ਗਈ ਅਮਰਜੀਤ ਬਾਜੀ ਬੈਠੇ ਤਾਂ ਬਈ ਬਫੇ ਦਾ ਕੰਮ ਬੇਸ਼ੱਕ ਘਟ ਗਿਆ ਬਫੇ ਚ ਲੋਕ ਵੇਸਟ ਬਾਕ ਕਰਦੇ ਸੀ ਪਤਾ ਵੀ ਜਿੰਨਾ ਮਰਜ਼ੀ ਪਾ ਲਓ ਇਹ ਹੁਣ ਜੇ ਟੇਕ ਆਫ ਗਿਆ ਅੰਦਰ ਤੇ ਟੇਕ ਆਫ ਬੰਦਾ ਕਹਿੰਦਾ ਯਾ ਰੋਟੀਆਂ ਅੱਠ ਕਈਆਂ ਥੋੜ ਨਾ ਜਾਣ ਬੰਦੇ ਚੰਨੇ ਆ ਵੀ ਯਾਰ ਚਾ ਦੋ ਤਿੰਨ ਰੋਟੀਆਂ ਹੋਰ ਕਹਿ ਦਿਓ ਦੋ ਚਾਰ ਨਾਨ ਹੋਰ ਕਹਿ ਦਿਓ ਦੋ ਚਾਰ ਇੱਕ ਅੱਧੀ ਸਬਜੀ ਵਾਧੂ ਫालतू ਲੈ ਜਾਵੋ ਥੋੜ ਨਾ ਜਾਵੇ ਤੇ ਮੇਰਾ ਤਾਂ ਖਿਆਲ ਹੈ ਵੀ ਟੇਕ ਆਫ ਵਧੀਆ ਰਿਹਾ ਹ ਟੇਕ ਆਊਟ ਬਹੁਤ ਵਧੀਆ ਰਿਹਾ ਸਭ ਤੋਂ ਜ਼ਿਆਦਾ ਟੇਕ ਆਊਟ ਹੀ ਰਿਹਾ ਹੈ ਅੱਛਾ ਹਾਂਜੀ ਤੇ ਇਧਰ ਫਿਰ ਇਹ ਤੁਸੀਂ ਤੁਹਾਡੇ ਫਰੈਂਡ ਸਰਕਲ ਕੁਦਰਤੀ ਗੱਲ ਆ ਵੀ ਇਧਰਲੇ ਗੋਰੇ ਹੋਣਗੇ ਤੁਹਾਡੇ ਨਾਲ ਬੜੇ ਬੱਚੇ ਜਿਹੜੇ ਆ ਪੰਜਾਬੀ ਵੀ ਹੋਣਗੇ ਕੋਈ ਐਨਜਾਇਮੈਂਟ ਕਿਵੇਂ ਕਰਦੇ ਹੋ ਇੱਥੇ ਤੇ ਰੈਸਟੋਰੈਂਟ ਦੇ ਵਿੱਚੋਂ ਨਿਕਲਣਾ ਤਾਂ ਬਹੁਤ ਔਖਾ ਅਸੀਂ ਕਿਹੜੇ ਦਿਨ ਤੁਸੀਂ ਘੁੰਮਦੇ ਫਿਰਦੇ ਹੋ ਆਪਣੀ ਮਨਮਰਜ਼ੀ ਕਰਦੇ ਹੋ ਗੇੜੀ-ਗੂੜੀ ਲਾਉਣੇ ਹੈਗੇ ਇੱਥੇ ਗੇੜੀ-ਗੂੜੀ ਰੂਟ ਕੋਈਕ ਨਹੀਂ ਇੱਥੇ ਮਿਸ਼ਵਾਕਾ ਵਿੱਚ ਮਿਸ਼ਵਾਕਾ ਚ ਜ਼ਿਆਦਾ ਨਹੀਂ ਸ਼ਿਕਾਗੋ ਨੇਰੇ ਆ ਜਦੋਂ ਟਾਈਮ ਮਿਲਦਾ ਉਦੋਂ ਚੱਲ ਜਾਂਦਾ ਪਰ ਔਨ ਕਾਲ ਹੀ ਆ ਅੱਛਾ ਕਿਹੜੀ ਗੁੜੀ ਸ਼ਿਕਾਗੋ ਹੀ ਆ ਫਿਰ ਹਾਂਜੀ ਸ਼ਿਕਾਗੋ ਹੀ ਬਹੁਤ ਵਧੀਆ ਤੇ ਕੀ ਸਨੇਹਾ ਦੇਣਾ ਚਾਹੁੰਦੇ ਵਿਸਾਖੀ ਤੇ ਸਾਡੇ ਜਿਹੜੇ ਘਰਾਂ ਵਿੱਚ ਬੈਠੇ ਨੇ ਦਰਸ਼ਕ ਸਨੇਹਾ ਕੋਈ ਨਹੀਂ ਬਸ ਇੰਜੋਏ ਕਰੋ ਏਵਰੀ ਡੇ ਯੂ نو ਬਸ ਹਾਂਜੀ ਵਾਜੀ ਅੱਜ ਦਾ ਸਾਡਾ ਜਿਹੜਾ ਰੋਡ ਟ੍ਰਿਪ ਹੈਗਾ ਜੀ 2021 ਅ ਇੰਡੀਆ ਗਾਰਡਨ ਜਿਹੜਾ ਹੈਗਾ ਮਿਸ਼ਵਾਕਾ ਨਾਮ ਬੜਾ ਕਸੂਤਾ ਜਿਹਾ ਮਿਸ਼ਵਾਕਾ ਸ਼ਹਿਰ ਕੀ ਕੀ ਪ੍ਰੋਨਾਂਊਂਸ ਕਰ ਦੇ ਮਿਸ਼ਵਾਕਾ ਮਿਸ਼ਵਾਕਾ ਹੀ ਕਹ ਰਹੇ ਸੀ ਅਸਾਂ ਨਹੀਂ ਮੇਰੇ ਕੋਲ ਸ਼ਹਿਰਾਂ ਨਾਂ ਬੜੇ ਔਖੇ ਲਿਆ ਹੁੰਦੇ ਆ ਨਾਮ ਜਿਵੇਂ ਕਹਿੰਦੇ ਵੀ ਇਹਦਾ ਨਾਂ ਸਾਊਥ ਬੈਂਡ ਹੈ ਤੇ ਬੈਂਡ ਹੁੰਦਾ ਮੁੜਿਆ ਹੋਇਆ ਇਹ ਇੱਕ ਸ਼ਹਿਰ ਮੁੜਿਆ ਹੋਇਆ ਕਿ ਤੂੰ ਕੋਈ ਸਟੇਟ ਜਿਹੜੀ ਹੈਗੀ ਨਹੀਂ ਨਹੀਂ ਇਹ ਸ਼ਹਿਰ ਮਿਸ਼ਵਾਕਾ ਹੈ ਸਟੇਟ ਇੰਡੀਆਨਾ ਹੈ ਅੱਛਾ ਹਾਂਜੀ ਤੇ ਸਾਊਥ ਬੈਂਡ ਅਲੱਗ ਸ਼ਹਿਰ ਹੈ ਸਾਊਥ ਬੈਂਡ ਨਾਲ ਹੀ ਆ ਆਪਣੇ ਹਾਂਜੀ ਹਾਂਜੀ ਇੰਡੀਆ ਮਤਲਬ ਕਿਸੇ ਨੇ ਕਿਹਾ ਹੋਣਾ ਵੀ ਯਾਰ ਇੰਡੀਆ ਆਂ ਉਹ ਕਹਿੰਦਾ ਇੰਡੀਆ ਨਾ ਇੰਡੀਆ ਨਾ ਨਹੀਂ ਨਹੀਂ ਮੇਰੇ ਨੂੰ ਪਤਾ ਨਹੀਂ ਕਿੰਨਾ ਆਵਣ ਅਸੀਂ ਅਕੀਦੇ ਜਰੂਰ ਸਾਡੇ ਦਰਸ਼ਕਾਂ ਨੂੰ ਜਾਨਣਾ ਜਾਨਣਾ ਚਾਹਾਂਗੇ ਪੰਜਾਬ ਵਗੈਰਾ ਚੱਕਰ ਲੱਗਦਾ ਰਹਿੰਦਾ ਉਧਰ ਦਾ ਤੁਹਾਡਾ ਨਹੀਂ ਲੱਗਿਆ ਉਸ ਵਾਰ ਇਹ ਨਹੀਂ ਪੰਜਾਬ ਪੰਜਾਬ ਤਾਂ ਜਾਂਦੇ ਰਹੀ ਸੀ ਰਹੇ ਦਾ ਸੀ ਪਰ ਹੁਣ ਥੋੜਾ ਕੱਟ ਗਿਆ ਹੈ ਹੁਣ ਕੱਟ ਗਿਆ ਹਾਂਜੀ ਪੰਜਾਬ ਦਾ ਕੀ ਵਧੀਆ ਲੱਗਦਾ ਹੁਣ ਤੁਸੀਂ ਨਿੱਕੇ ਹੁੰਦੇ ਇੱਕ ਸਾਲ ਦੇ ਸੀਗੇ ਉਦੋਂ ਤਾਂ ਮੇਰੇ ਖਾਲਾ ਜੀ ਥੋੜਾ ਬਹੁਤ ਤੁਰਨਾ ਤੁਰਨਾ ਸਿੱਖੇ ਹੋਣੇ ਹੁਣ ਪੰਜਾਬ ਦਾ ਕੀ ਵਧੀਆ ਲੱਗਦਾ ਪੰਜਾਬ ਦਾ ਸਾਰੇ ਖਾ ਸਭ ਤੋਂ ਜ਼ਿਆਦਾ ਖਾਣਾ ਮੈਨੂੰ ਵਧੀਆ ਲੱਗਦਾ ਸੀ ਪੰਜਾਬ ਦਾ ਇਹ ਵੀ ਇੱਕ ਕਾਰਨ ਹੈ ਖਾਣੇ ਦਾ ਕੰਮ ਨਾਲ ਕਰਨ ਦਾ ਹਾਂਜੀ ਇਹ ਤੁਹਾਡੀ ਟੇਸਟ ਜਿਹੜਾ ਹੈਗਾ ਵੈਸੇ ਤਾਂ ਅਸੀਂ ਹੁਣ ਖਾਣਾ ਖਾਦਾ ਆ ਕੇ ਤੇ ਬਹੁਤ ਵਧੀਆ ਬਹੁਤ ਹੀ ਵਧੀਆ ਟੇਸ ਕਹਿ ਸਕਦੇ ਅਸੀਂ ਬਹੁਤ ਘੱਟ ਰੈਸਟੋਰੈਂਟਾਂ ਜਿਹੋ ਜਿਹਾ ਟੇਸ ਦੇਖਣ ਨੂੰ ਮਿਲਦਾ ਇਹਦੇ ਵਾਸਤੇ ਵੀ ਕੋਈ ਖਾਸ ਤਿਆਰੀ ਕਰਦੇ ਹੋ ਤੁਸੀਂ ਵੀ ਕਰ ਲੈਣੇ ਹੋ ਕੁਕਿੰਗ ਵਗੈਰਾ ਸ਼ੌਕ ਹੈ ਜਾਂ ਨਹੀਂ ਨਹੀਂ ਕੁਕਿੰਗ ਮੈਂ ਤਾਂ ਨਹੀਂ ਕਰਦਾ ਪਰ ਸਿੱਖਣਾ ਚਾਹਣਾ ਮੈਂ ਹਾਂਜੀ ਬਿਲਕੁਲ ਬਿਲਕੁਲ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਨਾਲ ਮਹਿਮਾਨ ਹੋਰ ਵੀ ਜਿਹੜੇ ਨੇ ਘਰਾਂ ਵਿੱਚ ਬੈਠੇ ਜਿਹੜੇ ਦਰਸ਼ਕ ਹੈ ਉਹ ਇਸੇ ਤਰ੍ਹਾਂ ਜੁੜੇ ਰਹੋ ਜੀ ਟੂਰ ਜਿਹੜਾ ਸਾਡਾ ਰੋਡ ਟ੍ਰਿਪ 2121 ਉਹ ਚੱਲ ਰਿਹਾ ਹੈ ਅੱਜ ਮਿਸ਼ਵਾਕਾ ਦੇ ਵਿੱਚ ਅਸੀਂ ਆਏ ਹੋਏ ਹਾਂ ਇੰਡੀਆ ਗਾਰਡਨ ਤੋਂ ਤੁਹਾਡੇ ਰੂਬਰੂ ਪ੍ਰੋਗਰਾਮ ਕਰ ਰਹੇ ਹਾਂ ਸਾਡੇ ਨਾਲ ਮਹਿਮਾਨ ਵੀ ਜੁੜੇ ਨੇ ਪਰ ਫਿਲਹਾਲ ਇੱਕ ਬ੍ਰੇਕ ਲੈਣੇ ਆ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਵੀ ਤੇ ਇੱਥੇ ਮਹਿਮਾਨ ਸਾਡੇ ਨਾਲ ਜੁੜੇ ਨੇ ਜਿਹੜੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਇੰਡੀਆ ਗਾਰਡਨ ਦੇ ਵਿੱਚੋਂ ਪ੍ਰੋਗਰਾਮ ਜਿਹੜਾ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਮਿਸ਼ਵਾਕਾ ਦੇ ਵਿੱਚੋਂ ਔਰ ਹੁਣ ਜਿਹੜੇ ਮੇਰੇ ਨਾਲ ਮਹਿਮਾਨ ਜੁੜੇ ਨੇ ਉਹਦੇ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਗੱਲ ਸਾਡੇ ਦਰਸ਼ਕਾਂ ਨੂੰ ਸੁਣਾ ਦਵਾਂ ਕਿ ਇੱਕ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਸੀਗੀਆਂ ਤੇ ਉਸ ਪਿੰਡ ਦੇ ਵਿੱਚ ਪਿਓ ਪੁੱਤ ਆਮਣੇ-ਸਾਮਣੇ ਵੋਟਾਂ 'ਚ ਖੜ ਗਏ ਇੱਕ ਸਮਝੋ ਕਾਂਗਰਸ ਵਾਲੋਂ ਇੱਕ ਸਮਝੋ ਅਕਾਲੀ ਦਲ ਵਾਲੋਂ ਪਿਓ ਪੁੱਤ ਤੇ ਵੋਟਾਂ ਪਈਆਂ ਰਿਜ਼ਲਟ ਆਇਆ ਤੇ ਪਿਓ ਹਾਰ ਗਿਆ ਪੁੱਤ ਜਿੱਤ ਗਿਆ ਤੇ ਪੁੱਤ ਨੇ ਜਦੋਂ ਪੁੱਤ ਜਿੱਤ ਗਿਆ ਤੇ ਪਿਓ ਆਫਿਸ 'ਚ ਬੋਲਦੇ ਬਾਲਦੇ ਤਾਂ ਹੈਣੀ ਸੀ ਪਰ ਪਿਓ ਨੇ ਪਾਰਟੀ ਕੀਤੀ ਲੋਕਾਂ ਨੂੰ ਵਾਵਾ ਉਹ ਕਹਿੰਦੇ ਯਾਰ ਤੂੰ ਤਾਂ ਹਾਰ ਗਿਆ ਤੂੰ ਪਾਰਟੀਆਂ ਕਰੀ ਜਨਾ ਉਹ ਕਹਿੰਦਾ ਜਿਵੇਂ ਜਿੱਤ ਗਿਆ ਫਿਰ ਕੀ ਬਣਦਾ ਕਹਿੰਦੇ ਫਿਰ ਤੂੰ ਸਰਪੰਚ ਬਣਦਾ ਕਹਿੰਦਾ ਫੇਰ ਮੈਂ ਕੱਲਾ ਸਰਪੰਚ ਵਾਂਦਾ ਹੁਣ ਮੈਂ ਸਰਪੰਚ ਦਾ ਵੀ ਹੋ ਆ। ਸੋ ਹੁਣ ਗੁਰਜੀਤ ਪਹਿਲਾਂ ਗੱਲ ਕਰਕੇ ਗਏ ਨੇ। ਉਹਨਾਂ ਦੇ ਡੈਡੀ ਅਮਰਜੀਤ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜੇ ਨੇ। ਅਮਰਜੀਤ ਬਾਜੀ ਸਤਿ ਸ੍ਰੀ ਅਕਾਲ ਬਾਬਾ ਸਵਾਗਤ। ਸਤਿ ਸ੍ਰੀ ਅਕਾਲ ਜੀ ਵਾਇਕੁਜੀ ਖਾਲਸਾ ਵਾਇਕੁਜੀ ਫਤਿਹ ਜੀ। ਔਰ ਬਹੁਤ ਵਧਾਈਆਂ ਤੁਹਾਨੂੰ ਵਿਸਾਖੀ ਦੀ ਅੱਜ ਪਵਿੱਤਰ ਤਿਹਾੜੀ ਦੀਆਂ ਜੀ। ਥੈਂਕ ਯੂ ਬਾਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਜੀ। ਤੇ ਅੱਛਾ ਅਮਰਜੀਤ ਬਾਜੀ ਨਾਮ ਜਿਵੇਂ ਆਪਾਂ ਦੱਸ ਦਿੱਤਾ ਤੇ ਆਪਾਂ ਬੜਾ ਵਧੀਆ ਤੁਸੀਂ ਇਹ ਰੈਸਟੋਰੈਂਟ ਬਣਾਇਆ। ਡੈਕੋਰੇਸ਼ਨ ਦਾ ਆ ਤੇ ਕਾਫੀ ਪੁਰਾਣਾ ਮੇਰ ਖਿਆਲ ਹੈ 20 ਸਾਲ ਇੱਥੇ ਹੋ ਗਏ ਭਾਜੀ ਇੰਡੀਆਨਾ ਜੇ 27 ਸਾਲ ਹੋ ਗਏ ਟੋਟਲ ਸਾਨੂੰ 27 ਸਾਲ ਇਸ ਰੈਂਚੀ ਇੰਡੀਆਨਾ ਤੋਂ ਬਾਅਦ ਆਵਾਜ਼ ਜੀ ਵਾ ਤੇ ਇਹ ਭਾਜੀ ਇਹ ਤੁਹਾਨੂੰ ਰੈਸਟੋਰੈਂਟ ਦਾ ਕੰਮ ਹੀ ਕਿਉਂ ਵਧੀਆ ਲੱਗਿਆ ਜਦ ਕਿ ਮੇਰੇ ਹਿਸਾਬ ਨਾਲ ਸਭ ਤੋਂ ਔਖੇ ਕੰਮਾਂ ਦੇ ਵਿੱਚੋਂ ਇੱਕ ਕੰਮ ਹੈਗਾ ਸਿਰ ਖੜੇ ਦਾ ਖਾਲਸਾ ਇੱਕ ਇਹ ਵੀ ਸਾਡੇ ਵੀ ਹੈਗੇ ਨੇ ਬਥੇਰੇ ਉੱਥੇ ਯਾਰ ਦੋਸਤੀ ਦਾ ਰੈਸਟੋਰੈਂਟ ਵਾਲੇ ਉਹ ਕਹਿੰਦੇ ਯਾਰ ਕੰਮ ਇਦਾਂ ਵੀ ਪੁੱਛੇ ਵੀ ਕਰ ਉਹਦੇ ਕੰਮ ਕਰਦਾ ਪੁੱਛੋ ਨਾ ਜਦੋਂ ਕੰਮ ਹੁੰਦਾ ਉਹਦੇ ਬੰਦੇ ਨਹੀਂ ਮਿਲਦੇ ਜਦੋਂ ਬੰਦੇ ਮਿਲਦੇ ਆ ਉਹਦਾ ਕੰਮ ਨਹੀਂ ਹੁੰਦਾ ਤੇ ਇੱਥੇ ਕੀ ਪੋਜੀਸ਼ਨ ਆ ਤੁਹਾਡੇ ਕੋਲ ਮੇਰਾ ਖਿਆਲ ਪੁਰਾਣੇ ਚੱਲੇ ਆ ਰਹੇ ਜਿਹੜੇ EMPLOYE ਪਾਜੀ ਸਾਡੇ ਫਾਜ਼ਲ ਸਾਹਿਬ AD 4 ਚ ਆਏ ਸੀਗੇ ਉਹ ਵੀ ਇਹੀ ਕੰਮ ਕਰਦੇ ਸੀ ਅਸੀਂ 94 ਚ ਆ ਪੂਰੀ ਫੈਮਿਲੀ ਆਈਆਂ ਤੇ ਉਸ ਤੋਂ ਬਾਅਦ ਫਿਰ ਅਸੀਂ ਬੀਐਸਐਲੈਂਡ ਦੇ ਵਿੱਚ ਹੀ ਪੈ ਗਏ ਹਾਂ ਜੀ ਤੇ ਇਹ ਵਧੀਆ ਇਸ ਕੰਮ ਨੂੰ ਇੰਜੋਏ ਕਰਦੇ ਹੋ ਜਾਂ ਔਖਾ ਲੱਗਦਾ ਕਈ ਵਾਰ ਸੰਤ ਬਹੁਤ ਵਧੀਆ ਲੱਗਦਾ ਵਧੀਆ ਹਾਂਜੀ ਕੋਈ ਬੜੇ ਸਾਲ ਹੋ ਗਏ ਐਸੇ ਕੰਮ 'ਚ ਨਾ ਵਧੀਆ ਲੱਗਦਾ ਤੇ ਮੈਂ ਮੁੰਡਾ ਵੀ ਜਿਵੇਂ ਗੁਰਜੀਤ ਵੀ ਸੁਖਨਾ ਸੋਣਾ ਸੁਨੱਖਾ ਤੁਸੀਂ ਵੀ ਬੜੇ ਵਧੀਆ ਪਰਸਨੈਲਿਟੀ ਜੱਤ ਰਹੇ ਹੋ ਕੋਈ ਫਿਲਮ ਫੋਨ ਬਣਾਓ ਰਾਮਨਾ ਕਿਉਂ ਵੀ ਸੋਚ ਰਹੇ ਆਂ ਭਾਜੀ ਸ਼ਾਇਦ। ਹਾਂਜੀ। ਨੈਕਸਟ ਈਅਰ ਸ਼ਾਇਦ ਕੋਈ ਨਾ ਕੁਝ ਕਰਦੀ ਆਂ ਅਸੀਂ। ਹਾਂ ਬਿਲਕੁਲ ਬਿਲਕੁਲ। ਕਿ ਕੋਈ ਨਾ ਕੋਈ ਚਾਹੀਦਾ ਇਸ ਲਾਈਨ ਦੇ ਵਿੱਚ ਵੀ। ਤੇ ਉਦਾਂ ਹੈਗਾ ਸ਼ੌਕ ਤੁਹਾਨੂੰ ਜਿਵੇਂ ਇੱਥੇ ਸੱਭਿਆਚਾਰਕ ਮੇਲੇ ਬਹੁਤ ਹੁੰਦੇ ਕਬੱਡੀਆਂ ਵਗੈਰਾ ਕਾਫੀ ਹੁੰਦੀਆਂ ਨੇ ਹਰ ਸ਼ਹਿਰ ਦੇ ਵਿੱਚ। ਤੇ ਤੁਸੀਂ ਜੁੜੇ ਹੋਏ ਹੋ ਕਿਸੇ ਸੰਸਥਾ ਨਾਲ? ਹੁੰਦੀਆਂ ਭਾਜੀ ਸ਼ਿਕਾਗੋ ਹੁੰਦੀਆਂ। ਹੁਣ ਅਸੀਂ ਇੱਥੇ ਸੌਥ ਬੈਂਡ ਕਰਾ ਰਹੇ ਆਂ। ਸਾਡੇ ਪਾਲਕਲੀਸ਼ ਸਾਹਿਬ ਪ੍ਰਧਾਨ ਸਾਹਿਬ ਤੇ ਉਦਾਂ ਨੂੰ ਅੱਗੇ ਦੱਸਣਗੇ ਅੱਗੇ ਜਾ ਕੇ ਮਤ ਕਿ ਐਸੇ ਸਾਲ ਅਸੀਂ ਪਲਾਨ ਕਰ ਰਹੇ ਆਂ। अच्छा जी हां जी हां जी ਤੇ ਉਦਾਂ ਵੀ ਕਿਸੇ ਗੇਮ ਦਾ ਸ਼ੌਕ ਰਿਆ ਤੁਹਾਨੂੰ ਪਹਿਲਾਂ ਕਾਲਜ ਵਿਲੇਜ ਜਾਂ ਇੰਡੀਆ ਜਾਂ ਕਿਸੇ ਤਰ੍ਹਾਂ ਗੇਮ ਤੇ ਭਾਜੀ ਉਹ ਪਿੰਡਾਂ ਵਾਲੀਆਂ ਗੇਮਾਂ ਖੇਡਦੇ ਰਹੇ ਸੀ ਤੇ ਮੁੜ ਕੇ ਇੱਥੇ ਰੈਸਟੋਰੈਂਟ ਚ ਬਿਜ਼ੀ ਬਸ ਹਾਂ ਇੱਧਰ ਹਾਂ ਜੀ ਹਾਂ ਇੱਧਰ ਤੇ ਫਿਰ ਇਹੀ ਗੇਮ ਪੂਰੀ ਹੈਗੀ ਰੈਸਟੋਰੈਂਟ ਕਿਉਂਕਿ ਕਹਿੰਦੇ ਵੀ ਸਿਰ ਖੜੇ ਦਾ ਖਾਲਸਾ ਕੰਮ ਨਾਲ ਜਿੰਦੇ ਰਹਿਗੇ ਉਹ ਕੰਮ ਵਧੀਆ ਹੁੰਦਾ ਤੇ ਜਦੋਂ ਵਟ ਗਿਆ ਤੇ ਫਿਰ ਅੱਛਾ ਕਈ ਹਰ ਬੰਦੇ ਦੀ ਕੋਈ ਨਾ ਕੋਈ ਖਾਸੀਅਤ ਹੁੰਦੀ ਹੈ ਕੋਈ ਨਾ ਕੋਈ ਸਪੈਸ਼ਲਿਸਟੀ ਹੁੰਦੀ ਹੈ ਅਸੀਂ ਇੰਡੀਆ ਗਾਰਡਨ ਦੀ ਗੱਲ ਕਰੀਏ ਤੇ ਕੀ ਸਪੈਸ਼ਲਿਸਟੀ ਇੱਥੇ ਹੈਗੀ ਹੈ ਜੀ ਕਿਉਂਕਿ ਪੂਰੀ ਦੁਨੀਆ ਚ ਜਦੋਂ ਵੀ ਲੋਕ ਕੋਈ ਇਸ ਸ਼ਹਿਰ ਦੇ ਵਿੱਚ ਮਸ਼ਵਾਕਾ ਦੇ ਵਿੱਚ ਆਉਣਗੇ ਇੱਥੋਂ ਦੀ ਲੰਘਣਗੇ ਬਾਈ ਰੋਡ ਔਰ ਉਹ ਫਿਰ ਜ਼ਰੂਰ ਪੁੱਛ ਕੇ ਆਉਣਗੇ ਜੀ ਆਹ ਰੈਸਟੋਰੈਂਟ ਕਿੱਥੇ ਹੈ ਕੀ ਸਪੈਸ਼ਲਿਸਟੀ ਹੈ ਕਿਉਂ ਭਾਜੀ ਸਾਡੇ ਅਸੀਂ ਫੈਮਿਲੀ ਕੰਮ ਕਰਦੇ ਆਂ ਈਵਨ ਲੇਡੀਜ਼ ਵੀ ਅਸੀਂ ਸਾਰੇ ਇੱਥੇ ਕੰਮ ਕਰਦੇ ਆਂ ਤੇ ਘਰ ਅਗਾਂਹ ਫੂਡ ਹੁੰਦਾ ਸਾਡੇ ਬੜੀਆ ਸਾਰਾ ਤੇ ਇਸ ਕਰਕੇ ਫਿਰ ਸਾਰੇ ਬਾਰ-ਬਾਰ ਇੱਥੇ ਆਉਂਦੇ ਸਾਡੇ ਕੋਲ ਹਾਂਜੀ ਹਾਂਜੀ ਤੇ ਬਿਲਕੁਲ ਜੀ ਤਾਂ ਹੀ ਬਹੁਤ ਸਵਾਦ ਸੀ ਖਾਣਾ ਪਰੇ ਹਰ ਘਰ ਚ ਵੀ ਵਧੀਆ ਖਾਣਾ ਨਹੀਂ ਬਣਦਾ ਅਸੀਂ ਤੇ ਇੱਕ ਗਏ ਸੀ ਕਿਤੇ ਖਾਣ ਮੈਂ ਤੇ ਵਾਈਫ ਖਾਣਾ ਖਾਣ ਗਏ ਜੇ ਵੈਸੇ ਗਲਤ ਮਜ਼ਾਕ ਦੀ ਸੀ ਕੀਤੀ ਉਦੋਂ ਤੇ ਉੱਥੇ ਉਹਨਾਂ ਨੇ ਲਿਖਿਆ ਸੀ ਹਿਸ਼ਾਰਪੁਰ ਦੇ ਤੇ ਪਿਹਾਰਪੂਈ ਟਾਬਾ ਸੀ ਮੇਰੇ ਕੋਲ ਬਲਾਚਾਰ ਕੋਲੇ ਲਿਖਿਆ ਸੀ ਇੱਥੇ ਘਰ ਵਰਗਾ ਖਾਣਾ ਮਿਲਦਾ ਹੈ ਅਸੀਂ ਬੈਠੇ ਜਦੋਂ ਪੜਿਆ ਮੈਂ ਕਿਹਾ ਭਾਜੀ ਅਸੀਂ ਚੱਲੇ ਰਹਿੰਦੇ ਆ ਆਰਡਰ ਕੈਨਸਲ ਕਰ ਦਿਓ ਉਹ ਕਹਿੰਦੇ ਕਿਉਂ ਮੈਂ ਕਿਹਾ ਤੁਸੀਂ ਲਿਖਿਆ ਵੀ ਘਰ ਵਰਗਾ ਮੈਂ ਕਿਹਾ ਘਰ 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 ਵਰਗਾ ਖਾਣਾ ਘਰੇ ਖਾ ਲਾਂਗੇ ਚਾਹੀਦਾ ਖਾਣਾ ਖਾਣਾ ਚਾਹੁੰਦੇ ਆ ਤੇ ਮੇਰੀ ਵਾਈਫ ਕਹਿੰਦੀ ਵੀ ਇਹ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਿੰਦੀ ਮਜ਼ ਸੋ ਇਹ ਖਾਣਾ ਵਾਕਿਆ ਹੀ ਘਰ ਵਰਗਾ ਸੀ ਇੱਥੇ ਅਸੀਂ ਜਿਹੜਾ ਹੁਣ ਖਾਧਾ ਘਰ ਤੋਂ ਵੀ ਬਹੁਤ ਜ਼ਿਆਦਾ ਸਵਾਦ ਸੀ ਖਾਣਾ ਤੇ ਅੱਛਾ ਬੈਕਗ੍ਰਾਉਂਡ ਕਿਹੜੀ ਹੈ ਜੀ ਕਿਉਂਕਿ ਦਰਸ਼ਕ ਜਿਹੜੇ ਦੇਖ ਰਹੇ ਪੂਰੀ ਦੁਨੀਆ ਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਉਸ ਕਈ ਹੁੰਦੇ ਤੁਹਾਡੇ ਇਲਾਕੇ ਦੇ ਹੋ ਸਕਦੇ ਪਿੰਡ ਦੇ ਹੋ ਸਕਦੇ ਤੁਹਾਡੇ ਨਾਲ ਕੋਈ ਪੜਦੇ ਹੋ ਸਕਦੇ ਆ ਸੋ ਜ਼ਰੂਰ ਜਾਨਣਾ ਚਾਹਣਗੇ ਸਾਡਾ ਚੀਮਾ ਪੈਂਦਾ ਭਾਜੀ ਜਲੰਧਰ ਜ਼ਿਲ੍ਹੇ ਚ ਕਰਤਾਰਪੁਰ ਲੱਗੇ ਪਿੰਡ ਦਾ ਸਾਨੂੰ ਅੱਛਾ ਕਰਤਾਰਪੁਰ ਇੱਕ ਨੂਰਮਲ ਕੋਲੇ ਚੀਮੇ ਹੈਗੇ ਨੇ ਨਹੀਂ ਇਹ ਕਰਤਾਰਪੁਰ ਲੱਗੇ ਹਾਂਜੀ ਹਾਂਜੀ ਤੇ ਉਹ ਚੀਮੇ ਤੇ ਬਚਪਨ ਤੁਹਾਡਾ ਉੱਥੇ ਤੇ ਚੀਮਾ ਪਿੰਡ ਕਿੱਡਾ ਕਹਿਗਾ ਜੀ ਉਹ ਕਿੰਨੀ ਹੁਣ ਮਤਲਬ ਅੱਜ ਕੱਲ ਕਿੰਨੇ ਕੁ ਰਹਿ ਗਏ ਲੋਕ ਜਾਂ ਬਾਹਰ ਆ ਗਏ ਸਾਰੇ ਹੁਣ ਤਾਂ ਬਾਜੀ 500 ਵੋਟ ਆ ਸਾਰੇ ਬਾਹਰ ਹੀ ਆ ਗਏ ਪਹਿਲਾਂ 13-1400 ਹੁੰਦੀ ਸੀ ਅੱਛਾ ਜੀ ਹਾਂਜੀ ਹਾਂਜੀ ਤੇ ਬਾਹਰਲੇ ਮੁਲਕਾਂ ਦੇ ਵਿੱਚ ਹਰ ਬੰਦੇ ਦਾ ਆਉਣ ਦਾ ਆਪੋ ਆਪਣਾ ਸੁਭਾਅ ਹੁੰਦਾ ਕੋਈ ਪੇਰੈਂਟ ਦੇ ਬੇਜ ਤੇ ਆਉਂਦਾ ਕਈ ਜਿਹੜੇ ਆਏ ਨੇ ਆਪਣੇ ਪੁਰਾਣੇ ਲੋਕ ਬਹੁਤ ਸਾਰੇ 84 ਦੇ ਵਿੱਚ ਵੀ ਉਧਰੋਂ ਆਏ ਦੁਖੀ ਬਹੁਤ ਸਾਰੇ ਸਿਸਟਮ ਤੋਂ ਦੁਖੀ ਹੋ ਕੇ ਇੱਥੇ ਆਏ ਨੇ ਤੁਹਾਡਾ ਸੁਭਾਅ ਕਿਵੇਂ ਬਣਿਆ ਸਾਡੇ ਫਾਜ਼ਲ ਸਾਹਿਬ ਸੀ ਇੱਥੇ ਸਰਦਾਰ ਭਜਨ ਸਿੰਘ ਚੀਮਾ ਤੇ ਉਹਨਾਂ ਨੇ ਪੇ ਪੂਰੀ ਫੈਮਿਲੀ ਬੁਲਾਇਆ ਸਾਨੂੰ ਇੱਥੇ 94 ਚ ਆਏ ਸੀ ਅਸੀਂ ਅੱਛਾ ਹਾਂਜੀ ਤੇ ਇਹ ਇੱਥੇ ਫਿਰ ਇਸ ਚ ਸ਼ਹਿਰ ਦੀ ਆਪਾਂ ਅਗਰ ਗੱਲ ਕਰੀਏ ਤੇ ਇੱਥੇ ਕਿੰਨੇ ਕੁ ਪੰਜਾਬੀ ਹੈਗੇ ਨੇ ਮਿਸ਼ਵਾਕਾ ਦੇ ਇੱਥੇ ਭਾਜੀ ਬੋਰਡ 70 80 ਫੈਮਿਲੀਆਂ ਹੈਗੀਆਂ ਪੰਜਾਬੀ ਦੋ ਗੁਰੂ ਘਰ ਵੀ ਹੈਗੇ ਆ ਹਾਂਜੀ ਅੱਛਾ ਗੁਰੂ ਘਰ ਹੈਗੇ ਇੱਥੇ ਠੀਕ ਹੈ ਠੀਕ ਹੈ ਤੇ ਠੀਕ ਹੈ ਗੁਰੂ ਘਰ ਮਤਲਬ ਬਹੁਤ ਸੋਹਣਾ ਜੀ ਬਹੁਤ ਬਹੁਤ ਪਿਆਰ ਹੈ ਇੱਥੇ ਲੋਕਾਂ ਦਾ ਬਹੁਤ 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 ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਬਣਿਆ ਵੀ ਰਹਿਣਾ ਚਾਹੀਦਾ ਪਿਆਰ ਦਾ ਤੇ ਅੱਛਾ ਅਸੀਂ ਇੱਕ ਵਾਰ ਫਿਰ ਤੁਹਾਡਾ ਬਿਜ਼ਨਸ ਦੀ ਗੱਲ ਕਰਦੇ ਬਿਜ਼ਨਸ ਇੱਕ ਤਾਂ ਹੁਣ ਤੁਸੀਂ ਨਾਲ ਦੀ ਤੁਹਾਡਾ ਐਗਰੋਸਰੀ ਸਟੋਰ ਵੀ ਹੈਗਾ ਤੇ ਉੱਥੇ ਵੀ ਕਾਫੀ ਵਧੀਆ ਕੰਮ ਹੈਗਾ ਤੇ ਹੋਰ ਵੀ ਨਾਲ ਕੀ ਕੰਮ ਕਰ ਰਹੇ ਜਾਂ ਫਿਰ ਇਹੀ ਦੋ ਕੰਮ ਆ ਜੇ ਗੈਸ ਸਟੇਸ਼ਨ ਵੀ ਕੀਤਾ ਬਾਜੀ ਤੇ ਨਾਲ ਬੈਂਕਟ ਹਾਲ ਵੀ ਬਣਾ ਰਹੇ ਆ ਤੇ ਬੈਂਕਟ ਹਾਲ ਇੱਥੇ ਇਸ ਸ਼ਹਿਰ ਦੇ ਵਿੱਚ ਮੇਰੇ ਖਿਆਲ ਪਹਿਲਾਂ ਨਹੀਂ ਹੋਏਗਾ ਨਹੀਂ ਹੈਗਾ ਹਾਂਜੀ ਤੇ ਕਿੰਨੀ ਕੁ ਕਪੈਸਿਟੀ ਬੈਂਕਟ ਹਾਲ ਦੀ ਹੋਏਗੀ ਤੇ ਕਿੰਨੀ ਤੁਹਾਡੇ ਰੈਸਟੋਰੈਂਟ ਦੀ ਰੈਸਟੋਰੈਂਟ ਦੀ ਬਾਜੀ 150 ਆ ਹਾਲ ਦੀ 300 ਆ ਅਜੇ ਬਹੁਤ ਛੋਟਾ ਹਜੇ ਬੜਾ ਵੱਡਾ ਨਹੀਂ ਕਿਉਂਕਿ ਆਪਣੇ ਹਜੇ ਪੰਜਾਬੀ ਛੋਟੇ ਫੰਕਸ਼ਨ ਸ਼ੁਰੂ ਕਰਨਗੇ ਤੇ ਇਸ ਕਰਕੇ ਫਿਰ ਇੰਨੀ ਆ ਕਿ ਇੱਕ ਟੂਗੇਦਰਿੰਗ ਹੁੰਦੀ ਆ ਠੀਕ ਹੈ ਹਾਂਜੀ ਤੇ ਨਾਲ ਲੱਗਦਾ ਫਿਰ ਬੈਂਕਟ ਹਾਲ ਦੇ ਹੋਰ ਵੀ ਮਿਲਦਾ ਕੋਈ ਨਾ ਕੋਈ ਜਗ੍ਹਾ ਹੋਊਗੀ ਤੁਸੀਂ ਉਹਨੂੰ ਕਿਉਂ ਆਉਣ ਵਾਲੇ ਸਮੇਂ 'ਚ ਫਿਊਚਰ 'ਚ ਦੇਖਾਂਗੇ ਕਿੰਦਾ ਵੀ ਬੱਚੇ ਕੀ ਚਾਹੁੰਦੇ ਆ ਉਸ ਹਿਸਾਬ ਨਾਲ ਵੀ ਪਲਾਨ ਕਰ ਲਾਂਗੇ ਉਸ ਹਿਸਾਬ ਦੇ ਨਾਲ ਅੱਗੇ ਕੰਮ ਕਰ ਲੈਣਾ ਠੀਕ ਹੈ ਤੇ ਇੰਡੀਆ ਜਾਣ ਦਾ ਸੁਪਨਾ ਬਣ ਜਾਂਦਾ ਜਾਂ ਘਟ ਪੇ ਇੰਡੀਆ ਤਾਂ ਪਾਜੀ ਹਰ ਸਾਲ ਚਾਹੀਦਾ ਪਰ ਕੋਰੋਨਾ ਦੇ ਕਰਕੇ ਰੁਕ ਗਿਆ ਇਸ ਸਾਲ ਉਹਨਾਂ ਨੇ ਸਭ ਕੁਝ ਰੋਕੇ ਰੱਖਤਾ ਜੀ ਬਿਲਕੁਲ ਤੇ ਹੁਣ ਜਿਵੇਂ ਅਮਰਜੀਤ ਬਾਜੀ ਕੇ ਪੂਰੀ ਦੁਨੀਆ ਦੇ ਵਿੱਚ ਇਹ ਲੱਗ ਰਿਹਾ ਅਸੀਂ ਦੁਨੀਆ ਦੀ ਗੱਲ ਨਾ ਵੀ ਕਰੀ ਅਮਰੀਕਾ ਦੀ ਗੱਲ ਕਰੀਏ ਜੇ ਅਮਰੀਕਾ ਦੇ ਵਿੱਚ ਇਹ ਲੱਗ ਰਿਹਾ ਕਿ ਜਿਵੇਂ ਬਾਈਡਨ ਸਾਹਿਬ ਦਾ ਬਿਆਨ ਸੀ ਸ਼ਾਇਦ ਉਹਨਾਂ ਦੇ ਆਫਿਸ ਵੱਲੋਂ ਬਿਆਨ ਸੀ 4 ਜੁਲਾਈ ਜਿਹੜੀ ਆ ਉਹਨੂੰ ਅਸੀਂ ਇਸ ਵਾਰ ਧੂਮ ਧਾਮ ਨਾਲ ਮਨਾਉਣੀ ਚਾਹੁੰਦੇ ਆ ਤੇ ਉਹ ਤਾਂ ਹੀ ਮੰਨੇਗੀ ਜੇ ਸਭ ਦੇ ਵੈਕਸੀਨ ਲੱਗ ਜਾਗੇ ਤੁਹਾਨੂੰ ਕੀ ਲੱਗਦਾ ਜਦੋਂ ਹੁਣ 4 ਜੁਲਾਈ ਤੱਕ ਜਾਂ ਜੁਲਾਈ ਦੇ ਵਿੱਚ ਜਦੋਂ ਕੰਮਕਾਰ ਸਾਰੇ ਖੁੱਲ ਗਏ ਤੇ ਕੀ ਅਸਰ ਪੈਗਾ ਕੰਮਾਂ ਦੇ ਉੱਪਰ ਲੋਕ ਇਸੇ ਤਰ੍ਹਾਂ ਜਿਵੇਂ ਹੁਣ ਰੂਟੀਨ ਬਣੀ ਹੋਈ ਹੈ ਸਭ ਦੀ ਘਰੋਂ ਕੰਮ ਕਰਨ ਦੀ ਕਿਸੇ ਦੀ ਕਿੱਦਾਂ ਟੂ ਗੋ ਦੀ ਉਹੋ ਹੀ ਕੰਟੀਨਿਊ ਰੱਖਣਗੇ ਜਾਂ ਜੋ ਲੋਕ ਇੱਕਦਮ ਫੇਰ ਖੁੱਲ ਕੇ ਆਉਣਗੇ ਸਾਹਮਣੇ ਵੀ ਖੁੱਲ ਕੇ ਫੇਰ ਸਾਰੇ ਪ੍ਰੋਬਲਮ ਹੋਣਗੇ ਭਾਜੀ ਮੈਨੂੰ ਲੱਗਦਾ ਕਿ ਜੁਲਾਈ ਤੱਕ ਠੀਕ ਹੋ ਜਾਊਗਾ ਸਾਰਾ ਕੁਝ ਕਿਉਂਕਿ ਵੈਕਸੀਨ ਲੱਗ ਰਹੀ ਸਾਰਿਆਂ ਦੇ ਲੱਗ ਰਹੀ ਹੈ ਜੁਲਾਈ ਤੱਕ ਤਾਂ ਕਲੀਅਰ ਹੋ ਜਾਊਗਾ ਜੀ ਬਿਲਕੁਲ ਹਾਂਜੀ ਤੇ ਅੱਛਾ ਕਈ ਮੇਰੇ ਵਰਗੇ ਡਰਦੇ ਨੇ ਵੈਕਸੀਨ ਲਵਾਉਣ ਤੋਂ ਉਹਨਾਂ ਨੂੰ ਜ਼ਰੂਰ ਬੇਨਤੀ ਕਰੋ ਵੀ ਭਾਈ ਲਵਾ ਲਓ ਚੰਗੀ ਗੱਲ ਆ ਮਾੜੀ ਨਹੀਂ ਹੈਗੀ ਔਰ ਦੁੱਖ ਵੀ ਇੰਨਾ ਨਹੀਂ ਲੱਗਦਾ ਜਿੰਨੇ ਪਿੰਡ ਪਹਿਲਾਂ ਲੋਦੇ ਲੱਗਦੇ ਹੁੰਦੇ ਸੀਗੇ ਕੋਨਾ ਉਹਦੇ ਨੇੜੇ-ਤੇੜੇ ਤੇ ਕੁਝ ਵੀ ਨਹੀਂ ਇਹ ਵੀ ਜ਼ਰੂਰ ਬੇਨਤੀ ਕਰ ਦਿਤਾ ਟਾਡਾ ਨੇ ਮੈਨੂੰ ਲੱਗਦਾ ਕਿ ਲਵਾਉਣੀ ਚਾਹੀਦੀ ਆ ਕਿਉਂਕਿ ਸਾਰੇ ਲੋਕ ਲਵਾ ਰਹੇ ਆ ਚੰਗੀ ਚੀਜ਼ ਆ ਲਵਾਉਣੀ ਚਾਹੀਦੀ ਹਾਂਜੀ ਚਲੋ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਬਹੁਤ ਵਧੀਆ ਰੈਸਟੋਰੈਂਟ ਹੈਗਾ ਮਿਸ਼ਵਾਕਾ ਦੇ ਵਿੱਚ ਹੈ ਜੀ ਇਹ ਰੈਸਟੋਰੈਂਟ ਜਿੱਥੋਂ ਅੱਜ ਕੁਝ ਸੀਨ ਜਿਹੜੇ ਉਹ ਦਿਖਾਈਏ ਸਾਡੇ ਨਾਲ ਮਹਿਮਾਨ ਵੀ ਜੁੜੇ ਨੇ ਉਹਨਾਂ ਵਿੱਚੋਂ ਵੀ ਹੋਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਵੀ ਸਾਡੇ ਨਾਲ ਗੱਲ ਕਰਨ ਦੇ ਚਾਹਵਾਨ ਹੋਣਗੇ ਤੁਹਾਡੇ ਨਾਲ ਗੱਲ ਕਰਨ ਦੇ ਚਾਹਵਾਨ ਹੋਣਗੇ ਸੋ ਅਗਲੇ ਹਫਤੇ ਤੋਂ ਪ੍ਰੋਗਰਾਮ ਬਕਾਇਦਾ ਅਸੀਂ ਜਿਹੜੇ ਹੈਗੇ ਆ ਸਟੂਡੀਓ ਤੋਂ ਸ਼ੁਰੂ ਕਰ ਦੇਵਾਂਗੇ ਵਿਸਾਖੀ ਦੀਆਂ ਫੇਰ ਬਹੁਤ ਬਹੁਤ ਵਧਾਈਆਂ ਤੇ ਨਾਲ ਨਾਲ ਬ੍ਰੇਕ ਲੈ ਲੈਂਦੇ ਆ ਦੇਖਦੇ ਰਹੋ ਜਸਪੰਜਾਬ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਬਹੁਤ ਬਹੁਤ ਪ੍ਰੋਗਰਾਮ ਦਾ ਬੜਾ ਆਨੰਦ ਆ ਰਿਹਾ ਬੜੇ ਪਿਆਰੇ ਪਿਆਰੇ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਨਾਲ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਨਾਲ ਦੀ ਨਾਲ ਕੋਵਿਡ ਦੀ ਗੱਲ ਕਰੀਏ ਤਾਂ ਕੋਵਿਡ ਦਾ ਅਸਰ ਜਿਹੜਾ ਸਭ ਤੋਂ ਵੱਧ ਜਿੰਨਾ ਜਿੰਨਾ ਕੰਮਾਂ ਤੇ ਪਿਆ ਉਹਨਾਂ ਦੇ ਵਿੱਚ ਜਿਵੇਂ ਬਹੁਤ ਸਾਰੇ ਵਿਆਹਾਂ ਦੀ ਗੱਲ ਕਰ ਲਈਏ ਤੇ ਵਿਆਹ ਰੁਕ ਗਏ ਕਈਆਂ ਨੇ ਕਈਆਂ ਨੇ ਅੱਗੇ ਪਾਤੇ ਤੇ ਕਈਆਂ ਨੇ ਸੁੱਖ ਨਾਲ ਕਰ ਵੀ ਲਏ ਆ ਵਿੱਚ ਤਾਂ ਕੁਝ ਨਹੀਂ ਕਹਿੰਦਾ ਕਰੋਨਾ ਹੁਣ ਸ਼ਿਕਾਗੋ ਦੇ ਵਿੱਚ ਇੱਕ ਵਿਆਹ ਹੋਇਆ ਸੀਗਾ ਤੇ ਉਹ ਲਗਭਗ ਸਾਰਾ ਸਾਰੇ ਬਰਾਤੀ ਸਾਰੇ ਮੇਲ ਹੀ 2-4 ਬੰਦਿਆਂ ਨੂੰ ਛੱਡ ਕੇ 150 ਬੰਦਾ ਕਰੋਨਾ ਪੋਜ਼ਿਟਿਵ ਹੋਇਆ ਸੀ ਸ਼ਿਕਾਗੋ ਗਏ ਸੀ ਪਤਾ ਲੱਗਿਆ ਤੇ ਪਰ ਕਈਆਂ ਨੇ ਵਿਆਹ ਉਹ ਜਿਹੜੇ ਉਹ ਕਰਲੇ ਸੀਗੇ ਪਰ ਰਿਸਕ ਵੀ ਲਿਆ ਕਈਆਂ ਦੇ ਬਹੁਤ ਵਧੀਆ ਹੋ ਗਏ ਪਰਮਾਤਮਾ ਦੀ ਮਿਹਰ ਰਹੀ ਵਿਆਹਾਂ ਦੀ ਗੱਲ ਕਰੀਏ ਤੇ ਵਿਆਹਾਂ ਦੇ ਨਾਲ ਨਾਲ ਇੱਕ ਹੋਰ ਜਿਹੜਾ ਕੰਮ ਬਹੁਤ ਜੁੜਿਆ ਹੋਇਆ ਜਿੱਤੋਂ ਬਿਨਾ ਵਿਆਹ ਕੰਪਲੀਟ ਹੀ ਨਹੀਂ ਹੁੰਦਾ ਅੱਜ ਕੱਲ ਤਾਂ ਬਹੁਤ ਔਖਾ ਹੋ ਗਿਆ ਉਹ ਕੰਮ ਜਿਹੜਾ ਹੈਗਾ ਤੇ ਵਿਆਹ ਉਸ ਕਿਤੇ ਤੋਂ ਬਿਨਾ ਕੰਪਲੀਟ ਨਹੀਂ ਹੁੰਦਾ ਉਹ ਕਿਤਾ ਜੀ ਫੋਟੋਗ੍ਰਾਫੀ ਦਾ ਮਤਲਬ ਬੇਸ਼ੱਕ ਇਹ ਹੈ ਕਿ ਵਿਆਹ ਦੀ ਮੇਰਾ ਖਿਆਲ ਨਹੀਂ ਵੀਡੀਓ ਕੋਈ ਬੰਦਾ ਬਾਅਦ ਵਿੱਚ ਆਪਦੇ ਵਿਆਹ ਦੁਆਰਾ ਦੇਖਦਾ ਹੋਊਗਾ ਰਿਸ਼ਤੇ ਰਿਸ਼ਤੇਦਾਰ ਆਉਂਦੇ ਉਹਨਾਂ ਤੋਂ ਭਾਵੇਂ ਦਿਖਾ ਦੇਣ ਪਰ ਬਣਾਉਂਦੇ ਜ਼ਰੂਰ ਆ ਅੱਜ ਕੱਲ ਤਾਂ ਇੱਕ ਹੋਰ ਨਵਾਂ ਜਿਹੜਾ ਰਿਵਾਜ ਚੱਲਿਆ ਬਹੁਤ ਵੱਡਾ ਪ੍ਰੀ-ਵੇਡਿੰਗ ਜਿਹੜੀ ਹੈਗੀ ਆ ਉਹਤੇ ਵੀ ਤਕਰੀਬਨ ਵਾਂਗ ਜਿੰਨਾ ਹੀ ਖਰਚਾ ਹੋ ਜਾਂਦਾ ਸੋ ਗੱਲ ਕਰਨ ਵਾਲਾ ਸਾਡੇ ਨਿਊਯਾਰਕ ਤੋਂ ਹੈਗੇ ਨੇ ਸਾਡੇ ਵੈਸੇ ਮਿੱਤਰ ਇਹ ਔਰ ਨਾਲ ਦੀ ਨਾਲ ਕੰਮ ਉਹਨਾਂ ਦਾ ਇੱਥੇ ਵੀ ਹੈਗਾ ਨਿਊਯਾਰਕ ਦੇ ਵਿੱਚ ਵੀ ਦੋ ਬ੍ਰਾਂਚਾਂ ਹੈਗੀਆਂ ਤੇ ਮਿਸ਼ਵਾਕਾ ਦੇ ਵਿੱਚ ਵੀ ਉਹਨਾਂ ਦਾ ਉਹਨਾਂ ਨੇ ਬ੍ਰਾਂਚ ਜਿਹੜੀ ਆਪਣੀ ਖੋਲੀ ਤੇ ਕੁ ਅਜੀਤ ਸਿੰਘ ਜੀ ਸਾਡੇ ਨਾਲ ਹੈਗੇ ਜੀ ਸਤਿ ਸ਼੍ਰੀ ਅਕਾਲ ਬਾਬਾ ਸੁਆਗਤ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ ਵਸਾਖੀ ਦੀਆਂ ਪਹਿਲਾਂ ਤਾਂ ਮੈਂ ਦੇਖਿਆ ਤੁਹਾਨੂੰ ਮੈਂ ਕਿਹਾ ਵੀ ਤੁਸੀਂ ਕਿੱਧਰ ਆ ਗਏ ਵੀ ਕਿਤੇ ਕੋਈ ਜਾਂ ਫੋਟੋ ਸਟੇਟ ਤਾਂ ਨਹੀਂ ਤੁਰੀ ਫਿਰਦੀ ਉਹਨਾਂ ਦੀ ਤੇ ਇੱਧਰ ਕਿਵੇਂ ਆ ਜੀ ਇੱਥੇ ਵਿਸ਼ਵਾਕਰ ਦੇ ਵਿੱਚ ਤੁਸੀਂ ਇੱਥੇ ਆਪਣਾ ਕੰਮ ਕਰ ਖੋਲਿਆ ਕਿੰਨੇ ਦਿਨ ਹੋ ਗਏ ਇੱਥੇ ਜੀ ਮੈਂ 5 ਸਾਲ ਤੋਂ ਕਾਫੀ ਆਣਾ ਜਾਣਾ ਕੀਤਾ ਹੋਇਆ ਨਾਲ ਇੱਥੇ ਆਪਣਾ ਮੈਨੂੰ ਆਪਣਾ ਚੀਮਾ ਭਾਜੀ ਇਹਨਾਂ ਨੇ ਬੜੀ ਸਪੋਰਟ ਦਿੱਤੀ ਆ ਜੀ ਤੇ ਇਹਨਾਂ ਕਰਕੇ ਉੱਥੇ ਫਿਰ ਮੇਰਾ ਬਿਜ਼ਨਸ ਹੋਈ ਅੱਗੇ ਵਧਾਇਆ ਤੇ ਅੱਛੀ ਮੈਨੂੰ ਉੱਥੇ ਆਪਣਾ ਵੈਡਿੰਗ ਸੇ ਇਥੇ ਆਰਡਰ ਮਿਲਦੇ ਆ ਤੇ ਬਹੁਤ ਵਧੀਆ ਆ ਪਿਛਲਾ ਸਾਲ ਥੋੜਾ ਜਿਹਾ ਸਲੋ ਸੀਗਾ ਕਿਉਂਕਿ ਕੋਵਿਡ ਕਰਕੇ ਸੋਸ਼ਲ ਡਿਸਟੈਂਸਿੰਗ ਕਰਕੇ ਪਾਰਟੀ ਹਾਲ ਬੰਦ ਸੀਗੇ ਸਾਰੇ ਪਰ ਫਿਰ ਵੀ ਬਹੁਤ ਵਧੀਆ ਠੀਕ ਠਾਕ ਆਪਣਾ ਕੋਵਿਡ ਲੇਕਿਨ ਸੋਸ਼ਲ ਡਿਸਟੈਂਸਿੰਗ ਦੀ ਵੈਡਿੰਗ ਚੱਲਦੀ ਰਹੀਆਂ ਤੇ ਕਰਦੇ ਰਹੇ ਹਾਂਜੀ ਹੁਣ ਆ ਸਾਲ ਚੰਗਾ ਆ ਬਹੁਤ ਵਧੀਆ ਅੱਗੇ ਵੈਕਸੀਨ ਲੱਗ ਰਹੀਆਂ ਸਾਰੀਆਂ ਤੇ ਪਾਰਟੀ ਹਾਲ ਖੁੱਲ ਰਹੇ ਨੇ ਕੰਮ ਸ਼ੁਰੂ ਹੋ ਗਿਆ ਦੁਆਰਾ ਨਹੀਂ ਅੱਛਾ ਤੁਸੀਂ ਗੱਲ ਕੀਤੀ ਅਮਰਜੀਤ ਚਿਮਨਾ ਸਾਹਿਬ ਗੁਰਜੀਤ ਵੀ ਆ ਕੇ ਗਿਆ ਚਿਮਨਾ ਸਾਹਿਬ ਵੀ ਗੱਲ ਕਰਕੇ ਗਏ ਨੇ ਤੇ ਜੇ ਆਪਾਂ ਫਿਲਮ ਬਣਾਉਣੀ ਹੋਵੇ ਹੀਰੋ ਦੋ ਹਾਂ ਚੁੱਕੇ ਨੇ ਦੋਨੋਂ ਹੀ ਹੀਰੋ ਲੱਗਦੇ ਨੇ ਕਿਹਨੂੰ ਹੀਰੋ ਲਿਆਜੂ ਫਿਰ ਦੋਨੋਂ ਲੈ ਜਾਣਗੇ ਜੀ ਦੋਨੋਂ ਹੀਰੋ ਹੋਣਗੇ ਠੀਕ ਹੈ ਜੀ ਇਹਨਾਂ ਦੇ ਨਹੀਂ ਇਹਨਾਂ ਦੇ ਉੱਤੇ ਅਸੀਂ ਮੈਂ ਇੱਕ ਹੋਰ ਇੱਕ ਮੂਵੀ ਵੀ ਬਣਾਉਣ ਲੱਗਾ ਛੋਟੀ ਜੀ ਸ਼ੋਰਟ ਸ਼ੋਰਟ ਮੂਵੀ ਬਣੇਗੀ ਅੱਛਾ ਜੀ ਤੇ ਹਾਂ ਜੀ ਦੋਨਾਂ ਨੂੰ ਲੈ ਰਿਆ ਉੱਦਾਂ ਹੈ ਮਤਲਬ ਸੰਗਦੇ ਜਿਹੇ ਸੀਗੇ ਪਰ ਦੇਖਣ ਨੂੰ ਤਾਂ ਸੋਹਣੇ ਸੰਖੇ ਪੂਰੇ ਦੋ ਜੀ ਚਲੋ ਅਸੀਂ ਹੁਣ ਅ ਮੁਕਦੀ ਕਰੀਏ ਆ ਕਿ ਕਿ ਫੋਟੋਗ੍ਰਾਫੀ ਦਾ ਇੱਕ ਐਸਾ profession ਹੈ ਜਿਹੜਾ ਕਿ ਬਹੁਤ ਵਧੀਆ profession ਤੁਸੀਂ ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਫੋਟੋਗ੍ਰਾਫੀ ਕਰਦੇ ਨੂੰ ਅਗਲਾ ਸਵਾਲ ਜਿਹੜਾ ਉਦੋਂ ਬਾਅਦ ਮੈਨੂੰ ਜੀ ਇੱਥੇ ਯੂਐਸਏ ਚ 20 ਸਾਲ ਹੋ ਗਏ ਨੇ ਫੋਟੋਗ੍ਰਾਫੀ ਕਰਦੇ ਹੋਏ ਤੇ 10 ਸਾਲ ਇੰਡੀਆ ਤੇ 20 ਸਾਲ ਇੱਥੇ ਮੈਂ 99 ਚ ਇੱਥੇ ਆਪਣਾ ਸ਼ੁਰੂ ਕਰ ਦਿੱਤਾ ਸੀ ਤੇ ਉਸੇ ਲਾਈਨ ਚ ਹੀ ਆ ਫੁੱਲ ਟਾਈਮ ਮੇਰਾ ਹੀ ਬਿਜ਼ਨਸ ਹੈ ਇੰਡੀਆ ਦੀ ਗੱਲ ਕਰੀ ਅਸੀਂ 30 ਸਾਲ ਪਿੱਛੇ ਜਾਈਏ 30 ਸਾਲ ਪਿੱਛੇ ਤੇ ਅੱਜ ਦੀ ਫੋਟੋਗ੍ਰਾਫੀ ਜਾਂ ਵਿਆਹਾਂ ਦੇ ਵਿੱਚ ਵਿਆਹਾਂ ਦੀ ਫੋਟੋਗ੍ਰਾਫੀ ਦਾ ਵੀਡੀਓਗ੍ਰਾਫੀ ਦਾ ਕੀ ਫਰਕ ਲੱਗਦਾ ਫੋਟੋਗ੍ਰਾਫੀ ਉੱਥੇ ਥੋੜੀ ਲਿਮਿਟੇਸ਼ਨਸ ਸੀਗੀ ਇੱਥੇ ਅਸੀਂ ਖੁੱਲ ਕੇ ਆਪਾਂ ਜਿਹੜੀ ਜੋ ਵੀ ਅਸੀਂ ਆਪਚਰ ਸਾਡੇ ਕੋਲ有机会 ਬਹੁਤ ਨੇ ਅਸੀਂ ਇੱਥੇ ਕਲਾਇੰਟ ਨੂੰ ਜਿੱਦਾਂ ਕਹਿੰਦੇ ਆ ਉਹ ਕਰਦੇ ਨੇ ਅਸੀਂ ਸਾਡੇ ਅਸੀਂ ਜੋ ਸਾਡੇ ਜੋ ਵੀ ਅਸੀਂ ਕ੍ਰੀਏਟੀਵਿਟੀ ਕਰਨਾ ਚਾਹਦੇ ਇੱਥੇ ਹੋ ਜਾਂਦੀ ਹੈ ਅੱਛਾ ਅਸੀਂ ਗੱਲ ਕਰੀ ਜੇ ਪਹਿਲੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਦੀ ਗੱਲ ਕਰੀ ਤੇ ਪਹਿਲਾਂ ਮਤਲਬ ਜਿੰਨਾ ਕੋ ਵਿਆਹ ਤੇ ਖਰਚਾ ਹੁੰਦਾ ਸੀ ਮਤਲਬ ਵੀਡੀਓਗ੍ਰਾਫੀ ਵਿੱਚੇ ਪਾ ਕੇ ਬਹੁਤ ਥੋੜਾ ਖਰਚਾ ਹੁੰਦਾ ਸੀ ਤੇ ਅੱਜ ਕੱਲ ਅਗਰ ਗੱਲ ਕਰੀਏ ਤੇ ਕਹਿੰਦੇ ਵੀ ਵੀਡੀਓਗ੍ਰਾਫੀ ਦਾ ਖਰਚਾ ਹੀ ਇੰਨਾ ਜ਼ਿਆਦਾ ਤੇ ਪੁਰਾਣੇ ਸਮੇਂ ਚਾਰ ਵਿਆਹ ਹੋ ਜਾਂਦੇ ਸੀ ਉਹਨੇ ਚ ਵਾਕਿਆ ਹੀ ਬਹੁਤ ਮਹਿੰਗੀ ਹੋ ਗਈ ਹੈ ਵਿਆਹਾਂ ਦੀ ਵੀਡੀਓਗ੍ਰਾਫੀ ਪਹਿਲਾਂ ਜੀ ਇਸ ਤਰ੍ਹਾਂ ਸੀਗਾ ਆਪਣਾ ਇੱਕ ਵੀਡੀਓਗ੍ਰਾਫਰ ਇੱਕ ਫੋਟੋਗ੍ਰਾਫਰ ਜਾਂਦਾ ਸੀਗਾ ਆਪਣੀ ਫੋਟੋ ਕਰਕੇ ਆਪਣਾ ਕਵਰੇਜ ਕਰਕੇ ਤੇ ਉਸ ਤੋਂ ਬਾਅਦ ਕਲਾਇੰਟ ਨੂੰ ਕੈਸਟ ਦੇ ਦਿੱਤੀ ਤੇ ਨਾਲ ਆਪਣੀਆਂ ਕੈਸਟ ਫੋਟੋਗ੍ਰਾਫ ਦੀ ਐਲਬਮ ਦੇ ਦਿੱਤੀ ਹੁਣ ਇਸ ਟਾਈਮ ਕੀ ਹੈ ਮਲਟੀ ਕੈਮਰਾ ਸ਼ੂਟਿੰਗ ਹੋਗੀ ਪ੍ਰੀ ਵਿਡਿੰਗ ਸ਼ੂਟ ਹੋਗੀ ਤੇ ਉਹਦੇ ਵਿੱਚ ਪੈਕੇਜ ਵਧ ਹੀ ਜਾਂਦੇ ਨੇ ਤੇ ਉਸੇ ਹਿਸਾਬ ਨਾਲ ਫਿਰ ਮਲਟੀ ਕੈਮਰਾ ਸ਼ੂਟਰ ਵੀ ਨਾਲ ਨਾਲੇ ਟੀਮ ਵੀ ਵਧ ਹੀ ਜਾਂਦੀ ਹੈ ਤੇ ਉਸੇ ਹਿਸਾਬ ਨਾਲ ਫਿਰ ਥੋੜੇ ਜਿਹਾ ਪੈਕੇਜ ਉੱਤੇ ਚਲੇਗੇ ਹੁਣ ਤਾਂ ਮੈਂ ਦੇਖਿਆ ਜੀ ਮੇਰੇ ਵੀ ਬੇਟੇ ਦਾ ਪਿੱਛੇ ਵਿਆਹ ਸੀਗਾ ਵੀ ਜਿਹੜੀ ਪ੍ਰੀ ਵਿਡਿੰਗ ਹੀ ਆ ਕੱਲੀ ਪ੍ਰੀ ਵਿਡਿੰਗ ਦਾ ਹੀ ਖਰਚਾ ਜਿਹੜਾ ਉਹ ਪੁਰਾਣੇ ਪੂਰੇ ਵਿਆਹ ਜਿੰਨਾ ਹੋ ਜਾਂਦਾ ਪਹਿਲਾਂ ਜਿੰਨਾ ਤੇ ਇਹ ਚੰਗੀ ਗੱਲ ਹੈ ਵੈਸੇ ਤੇ ਮੇਰੇ ਖਿਆਲ ਦੇ ਹਿਸਾਬ ਨਾਲ ਸਮੇਂ ਦੇ ਨਾਲ ਅਸੀਂ ਕਲਾਇੰਟ ਨੂੰ ਆਪਣੇ ਪੈਕੇਜ ਸਮਝਾਣੇ ਆ ਤੇ ਜਿਹੜੇ ਕਲਾਇੰਟ ਨੂੰ ਜਿਹੜੇ ਚੰਗੇ ਲੱਗਦੇ ਆ ਲੈ ਲੈਂਦੇ ਕਈ ਜਣੇ ਪ੍ਰੀ ਵਿਡਿੰਗ ਸ਼ੂਟ ਨਹੀਂ ਕਰਾਉਂਦੇ ਕੋਈ ਛੋਟਾ ਕਰਾਉ ਲੈਂਦੇ ਆ ਕੋਈ ਕੋਈ 2 ਦਿਨ ਦਾ ਕਰਾਉਂਦੇ ਆ ਤੇ ਕੋਈ 1 ਦਿਨ ਚ 4 ਘੰਟੇ ਚ ਨੇ ਪਟਾ ਲੈਂਦੇ ਆ ਤੇ ਇਸ ਤਰ੍ਹਾਂ ਫਿਰ ਪੈਕੇਜ ਉੱਤੇ ਡਿਪੈਂਡ ਕਰਦਾ ਕਿ ਕਲਾਇੰਟ ਕੀ ਚਾਹੁੰਦਾ ਇੱਕ ਵੇਰ ਖਿਆਲ ਪਹਿਲਾਂ ਜਦੋਂ ਫੋਟੋ ਖਿੱਚਦਾ ਸੀ ਤਾਂ ਆਖਾ ਕਮੀਚ ਕੇ ਖਿੱਚਦੇ ਸੀ ਅੱਜ ਕੱਲ ਤਾਂ ਨਹੀਂ ਵੀ ਜਿੱਦੇ ਮਿਲਣਾ ਅੱਜ ਕੱਲ ਸਾਰੇ ਲਾਈਵ ਥਿਊ ਕੈਮਰੇ ਜਿਹੜੇ ਹੈਗੇ ਨੇ ਉਹ LCD ਸਕਰੀਨਾਂ ਹੋ ਗਈਆਂ ਪਹਿਲਾਂ ਅੱਖ ਨਾਲ ਲਾ ਕੇ ਇੱਕ ਅੱਖ ਬੰਦ ਕਰਕੇ ਕੈਮਰਾ ਚਲਾਉਣਾ ਪੈਂਦਾ ਸੀ ਹੁਣ ਤਾਂ ਤੁਸੀਂ ਸਕਰੀਨ ਤੇ ਦੇਖ ਕੇ ਤੁਸੀਂ ਦੇਖ ਸਕਦੇ ਹੋ ਕਿ ਵੀ ਕਿਦਾਂ ਰਾਈਟਵੇ ਤੁਹਾਨੂੰ ਉਹਦਾ ਰਿਜ਼ਲਟ ਪਤਾ ਲੱਗ ਜਾਂਦਾ ਕਿ ਕੋਈ ਫੋਟੋ ਕਿਦਾਂ ਦੀ ਹੈ ਤੇ ਕਿਦਾਂ ਨਹੀਂ ਹੈਗੀ ਡਿਜੀਟਲ ਜਿਹੜਾ ਡਿਜੀਟਲ ਨੇ ਉਹ ਫੋਟੋਗ੍ਰਾਫੀ ਬਹੁਤ ਈਜ਼ੀ ਕਰ ਦिती ਹੈ ਹਾਂ ਹੋਣੀ ਪਹਿਲਾਂ ਸੁਦੀਸ਼ ਸਾਹਿਬ ਸਟੇਜਾਂ ਦੇ ਕਹਿੰਦੇ ਹੁੰਦੇ ਸੀ ਵੀ ਵੀਡੀਓ ਵਾਲੇ ਜਦ ਤੂੰ ਫੋਟੋ ਖਿੱਚਦਾ ਹੈ ਤਾਂ ਉਹ ਇੱਕ ਆਂ ਕਿਉਂ ਮੀਕਦਾ ਹੈ ਤੋ ਉਹ ਗੱਲ ਜਵਾਬ ਦਿੰਦਾ ਫੋਟੋ ਇਸ ਲਈ ਕੀਤਾ ਸਾਹਮ ਕੋ ਸ਼ੌਕਾ ਮਾਰਾ ਹੂੰ ਆ ਇਸ ਲਈ ਮੀਚਦਾ ਹੂੰ ਕਿ ਅਭੀ ਤੱਕ ਕੋ ਆ ਰਹਾ ਹੂੰ ਅੱਖ ਤੇ ਕਈ ਜਾਣ ਕੇ ਮੀਚੀ ਜਾਂਦੇ ਹੁੰਦੇ ਸੀਗੇ ਉਹ ਵੀ ਇੱਕ ਕੰਮ ਦੇਖਣ ਵਾਲਾ ਸਮਾਂ ਸੀਗਾ ਤੇ ਪਰ ਉਹ ਇੱਕ ਵੱਖਰਾ ਨਜ਼ਾਰਾ ਸੀਗਾ ਤੇ ਇੱਕ ਅੱਛਾ ਪਹਿਲੇ ਸਮਿਆਂ ਦੀ ਗੱਲ ਕਰੀਏ ਤੇ ਬੰਦੇ ਨਹੀਂ ਮਿਲਦੇ ਹੁੰਦੇ ਸੀ ਵੀਡੀਓ ਵਾਲੇ ਕਈ ਵਰੀ ਤੇ ਵੀ ਪ੍ਰੋਫੈਸ਼ਨਲ ਬੰਦੇ ਫਿਰ ਉੱਥੇ ਸਾਡੇ ਸਾਡੇ ਮਿੱਤਰ ਸੀਗੇ ਕੋਈ ਉਹ ਕਿਸੇ ਨੂੰ ਕਹਿਣਾ 10ਵੀਂ 10ਵੀਂ ਪਾਸ ਮੜਾ ਪੇਪਰ ਜਿੱਥੇ ਚੱਲਤੂ ਯਾਰ ਕੈਮਰਾ ਲੈ ਕੇ ਕੰਡਣਾ ਕੁਝ ਨਹੀਂ ਹੁੰਦਾ ਵਿੱਚੋਂ ਆਪਾਂ ਐਡਿਟ ਕਰਕੇ ਕਰਨਾ ਹੁੰਦਾ ਤੇ ਉਹ ਫਿਰ ਜਿਹੜਾ ਮੁੰਡਾ ਖੁੰਡਾ ਗਿਆ ਤੇ ਉਹਦਾ ਧਿਆਨ ਫੇਰ ਹੋਰ ਪਾਸੇ ਜਾਂਦਾ ਕੈਮਰਾ ਹੋਰ ਪਾਸੇ ਹੁੰਦਾ ਸੀ ਉਹ ਫੇ ਜੁੱਤੀਆਂ ਦੀ ਮੂਵੀ ਬਣੀ ਹੁੰਦੀ ਸੀ ਪਛਾਣੀ ਚੱਲੂ ਭੂਆ ਦੇ ਸੈਂਡਲ ਫੁੱਪੜ ਦੀ ਜੁੱਤੀ ਆ ਤੇ ਇਹ ਏਦਾਂ ਤਾਂ ਨਹੀਂ ਹੈ ਅੱਜ ਕੱਲ ਮੇਰੇ ਖਲ ਕਿਤੇ ਵੀ ਏਦਾਂ ਨਹੀਂ ਜਿਹੜਾ ਵੀ ਬੰਦਾ ਜਾਂਦਾ ਵਿਆਹ ਤੇ ਫੋਟੋ ਖਿੱਚਣ ਜਾਂ ਵੀਡੀਓ ਬਣਾਉਣ ਟੋਟਲ ਹੀ ਪ੍ਰੋਫੈਸ਼ਨਲ ਹੈਗੇ ਨੇ ਟੋਟਲ ਜਿਹੜਾ ਅੱਜ ਕੱਲ ਕੰਮ ਹੁੰਦਾ ਸਾਰਾ ਪ੍ਰੋਫੈਸ਼ਨਲ ਹੁੰਦਾ ਤੇ ਉਹਦੇ ਤੁਸੀਂ ਕੋਈ ਗਲਤੀ ਨਹੀਂ ਕਰ ਸਕਦੇ ਜੇ ਤੁਸੀਂ ਗਲਤੀ ਕਰਦੇ ਹੋ ਤੇ ਫਿਰ ਤੁਹਾਨੂੰ ਕਲਾਇੰਟ ਦੁਆਰਾ ਫਿਰ ਬੁਲਾਏਗਾ ਨਹੀਂ ਅੱਛਾ ਅੱਛਾ ਹੁਣ ਅਸੀਂ ਗੱਲ ਕਰੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਰੈਸਟੋਰੈਂਟਾਂ ਦੀ ਗੱਲ ਕੀਤੀ ਹੈ। ਕੀ ਲੱਗਦਾ ਤੁਹਾਨੂੰ ਕਿ ਕੋਵਿਡ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਖਤਮ ਹੋ ਜਾਏਗਾ। ਪਹਿਲਾਂ ਵਰਗਾ ਮਾਹੌਲ ਹੋ ਜਾਏਗਾ। ਤੇ ਕੀ ਲੱਗਦਾ ਕਿ ਲੋਕ ਇੱਕਦਮ ਪਾਰਟੀਆਂ ਵਗੈਰਾ ਕਰਨ ਲੱਗ ਪੈਣਗੇ ਵੱਡੀਆਂ ਜਾਂ ਹਜੇ ਡਰਦੇ ਰਹਿਣਗੇ? ਡਰੇ ਤਾਂ ਵੈਸੇ ਕੋਵਿਡ ਦੇ ਵਿੱਚ ਵੀ ਹਨ ਪੰਜਾਬੀ ਆਪਣੇ। ਕੀ ਲੱਗਦਾ ਤੁਹਾਨੂੰ? ਇਸ ਸਾਲ ਤੇ ਜੇ ਸੋਸ਼ਲ ਡਿਸਟੈਂਸਿੰਗ ਔਰ ਆਪਣਾ ਮਾਸਕ ਜਿਹੜੇ ਹੈਗੇ ਨੇ ਉਹ ਚੱਲਣਗੇ? ਕਿਉਂਕਿ ਹੌਲੀ ਹੌਲੀ ਵੈਕਸੀਨ ਲੱਗੀ ਜਾ ਰਹੀ ਹੈ ਸਾਰੇ ਆਲ ਓਵਰ ਵਰਡ ਨੂੰ ਕਵਰ ਕਰਨਾ ਹੈ ਤੇ ਉਸ ਤੋਂ ਬਾਅਦ ਫਿਰ ਉਹਦਾ ਰਿਜ਼ਲਟ ਕੀ ਹੈ ਕਿ ਤੁਸੀਂ ਡਿਪੈਂਡ ਕਰਦਾ ਕਿ ਉਸ ਤੋਂ ਬਾਅਦ ਤੁਸੀਂ ਕਿੰਨਾ ਤੁਸੀਂ ਕਿੰਨਾ ਕੋਵਿਡ ਨੂੰ ਤੁਸੀਂ ਉੱਤੇ ਤੁਸੀਂ ਕਰ ਲਿਆ ਆਪਣਾ ਤੁਸੀਂ ਕਵਰ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਪਾਰਟੀ ਹਾਲ ਵੀ ਖੁੱਲਣਗੇ ਵੈਡਿੰਗਸ ਵੀ ਚੱਲਣਗੀਆਂ ਸਾਰੇ ਆਪਣੇ ਜਿਹੜੇ ਫੰਕਸ਼ਨ ਨੇ ਉਹ ਵੀ ਹੋਣਗੇ ਤੇ ਤੁਹਾਡੇ ਕੰਮ ਤੇ ਕਿੰਨਾ ਅਸਰ ਰਿਹਾ ਪਿਛਲੇ ਸਾਲ ਦੇ ਵਿੱਚ ਹੁਣ ਬਿਲਕੁਲ ਠੱਪ ਹੋ ਗਿਆ ਸੀ ਜਾਂ ਰੋਟੀ ਪਾਣੀ ਚੱਲਦਾ ਰਿਹਾ ਮਤਲਬ ਟਾਮ ਟਾਮ ਪਿਛਲੇ ਸਾਲ ਜੀ ਕਿਉਂਕਿ ਵੈਡਿੰਗਸ ਬੰਦ ਹੋ ਗਈਆਂ ਸਾਰੇ ਪਾਰਟੀ ਹਾਲ ਬੰਦ ਹੋ ਗਏ ਤੇ ਰੈਸਟੋਰੈਂਟ ਬੰਦ ਹੋ ਗਏ ਤਾਂ ਸਾਡਾ ਵੀ ਕੰਮ ਨੇਚਰਲੀ ਬੰਦ ਹੋਣਾ ਸੀਗਾ ਤੇ 4 ਮਹੀਨੇ 5 ਮਹੀਨੇ ਸਾਡਾ ਵੀ ਅਸੀਂ ਬੰਦੀ ਰੱਖਿਆ ਕੰਮ ਤੇ ਫਸ ਉਸ ਤੋਂ ਬਾਅਦ ਫਿਰ ਥੋੜਾ ਥੋੜਾ ਜੁਲਾਈ ਅਗਸਤ ਤੋਂ ਬਾਅਦ ਥੋੜੀ ਥੋੜੀ ਸੋਸ਼ਲ ਡਿਸਟੈਂਸਿੰਗ ਵਾਲੀ ਵੈਡਿੰਗ ਸ਼ੁਰੂ ਹੋਈਆਂ ਜਿਨ੍ਹਾਂ ਨੇ ਕਰਨੀਆਂ ਕਹਿੰਦੇ ਸੀ ਕਰਨੀ ਕਰਨੀ ਹੈ ਜੀ ਓਕੇ ਜੀ ਤੇ ਲੇਕਿਨ ਉਹਦੇ ਵਿੱਚ ਕੀ ਹੈ ਸਿਰਫ 5 ਬੰਦੇ ਜਾਂ 10 ਬੰਦਿਆਂ ਦੀ ਵੈਡਿੰਗ ਚੱਲਦੀ ਚੱਲਦੀ ਰਹੀਆਂ ਆ ਬਿਲਕੁਲ ਜੀ ਮਾਸਕ ਪਾ ਕੇ ਜੈਮ ਵਾਲਾ ਵੀ ਪਾਉਂਦੇ ਨੇ ਕਈਆਂ ਤਾਂ ਛੋਟੀ ਦੇ ਨਾਲ ਹੀ ਟੰਕਤੇ ਛੋਟੀ ਦੇ ਉੱਪਰ ਟੰਕ ਕੇ ਮੁੰਡੇ ਨੇ ਕੁੜੀ ਦੇ ਕੁੜੀ ਦੇ ਕੁੜੀ ਨੇ ਮੁੰਡੇ ਦੇ ਜੈਮ ਵਾਲਾ ਪਾਈ ਇਹੋ ਜਿਹੀਆਂ ਕਾਫੀ ਫੋਟੋਆਂ ਜਿਹੜੀਆਂ ਵਾਇਰਲ ਹੋਈਆਂ ਸੀ ਤੇ ਤੁਸੀਂ ਇਸ ਕੰਮ ਦੇ ਵਿੱਚ ਪੈਣ ਦਾ ਸਵੱਬ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਦਾ ਜਾਂ ਤੁਸੀਂ ਉਹੀ ਸ਼ੁਰੂ ਕੀਤਾ ਮੇਰੀ ਇਹ ਜੀ ਸ਼ੌਕੀ ਸਿਗਾ ਹੋਬੀ ਸੀਗੀ ਮੇਰੀ ਹਾਈ ਸਕੂਲ ਦੇ ਟਾਈਮ ਤੋਂ ਹੀ ਤੇ ਇਸ ਨੂੰ ਫਿਰ ਮੈਂ ਹੋਬੀ ਨੂੰ ਅੱਜ ਵੀ ਮੇਰੀ ਹੋਬੀ ਹੈ ਮੈਂ ਨਵੀਂ ਤਾਂ ਨਵੀਂ ਦੇਖਦਾ ਹਾਂ ਕਿ ਨਵੀਂ ਟੈਕਨੋਲੋਜੀ ਕੀ ਆ ਰਹੀ ਹੈ ਉਹਨੂੰ ਫਿਰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ ਉਹਨੂੰ ਅਡਾਪਟ ਕਰਦਾ ਤੇ ਉਸ ਨੂੰ ਫਿਰ ਅੱਗੇ ਲਿਜਾਣਾ ਮੈਂ ਜੋ ਕੋਸ਼ਿਸ਼ ਕਰਦਾ ਮੈਂ ਤੇ ਪਿੱਛੋਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਹੈਗੇ ਮੈਂ ਜੀ ਹਰਿਆਣੇ ਤੋਂ ਹੈਗਾ ਕੈਥਲ ਤੋਂ ਪੇਵੇ ਦੇ ਲਾਗੇ ਪੈਂਦਾ ਅੱਛਾ ਤੇ ਉੱਥੇ ਹੀ ਮੇਰਾ ਫੋਟੋਗ੍ਰਾਫੀ ਦਾ ਇੱਕ ਕੰਮ ਸੀ ਅੱਛਾ ਜੀ ਤੇ ਇੱਥੇ ਵੀ ਹੀ ਆਪਣਾ ਮੈਂ ਇਹੀ ਆਪਣਾ ਹੋਬੀ ਨੂੰ ਅੱਗੇ ਨਾਲ ਬਿਜ਼ਨਸ ਬਣਾ ਲਿਆ ਇਹੀ ਬਹੁਤ ਵਧੀਆ ਮੈਨੂੰ ਪਸੰਦ ਹੈ ਆਪਣਾ ਬਿਜ਼ਨਸ ਔਰ ਪੇਵੇ ਤੱਕ ਦੀ ਜਿਹੜੀ ਪੰਜਾਬੀ ਹੈ ਉਹ ਬਿਲਕੁਲ ਹੀ ਆਪਣੀ ਠੇਠ ਪੰਜਾਬੀ ਆ ਪੰਜਾਬੀ ਜਿੰਨੇ ਵੀ ਕੈਨੇਡਾ ਦੇ ਵਿੱਚ ਵੀ ਕਾਫੀ ਨੇਪੇਵੇਂ ਤੋਂ ਉਹਨਾਂ ਨੇ ਕਲੱਬ ਹੀ ਬਣਾਈਆਂ ਹਰਿਆਣਾ ਕਲੱਬ ਬਣਾਈਆਂ ਤੇ ਪ੍ਰੋਗਰਾਮ ਪੰਜਾਬੀ ਕਰਾਉਂਦੇ ਹੁੰਦੇ ਸੀ ਜਾਣੇ ਉਹਨੇ ਉੱਤੇ ਤੇ ਪੰਜਾਬੀ ਤੁਹਾਡੀ ਬਹੁਤ ਠੀਕ ਠਾਕ ਹੈਗੀ ਐ ਤੇ ਨਹੀਂ ਤਾਂ ਉਹ ਗਾਣਾ ਇੱਕ ਬੜਾ ਮਸ਼ਹੂਰ ਸੀ ਮੈਨੂੰ ਯਾਦ ਆ ਰਿਹਾ ਹਰਿਆਣੇ ਦਾ ਮੈਂ ਹਰਿਆਣੇ ਦਾ ਜਾਟ ਪਿਆਰ ਕੀ ਹੰਮੀ ਭਰ ਲਿਊਂਗਾ 3 ਮਾਰਚ 3 5 ਮਤ ਕਰਿਓ ਗੋਡਿਆ ਨੀ ਜਿੱਤਰ ਲੇਉਂਗਾ ਇਹ ਇਹ ਗੀਤ ਤੁਹਾਡੇ ਸੌਂਦੇ ਹੁੰਦੇ ਸੀ ਗਾਉਂਦੇ ਹੁੰਦੇ ਸੀ ਵਿਆਹਾਂ ਚ ਦੀਆਂ ਜਾਮਕੜੀ ਹਾਂਜੀ ਉੱਥੇ ਮੈਂ ਜਦੋਂ ਇੰਡੀਆ ਸੀਗਾ ਉਦੋਂ ਮੈਂ ਰੈੱਡ ਕਰਾਸ ਦੇਤੇ ਇਹਨਾਂ ਦੇ ਫੋਟੋਗ੍ਰਾਫੀ ਦੇ ਇਹਨਾਂ ਦੇ ਵੀਡੀਓ ਸ਼ੂਟ ਕਰਦਾ ਸੀਗਾ ਉਦੋਂ ਗੁਰਦਾਸ ਮਾਨ ਨੇ ਵੀ ਇਹ ਗਾਣਾ ਉੱਥੇ ਇਹ ਸਟੇਜ ਸ਼ੋਅ ਤੇ ਕੀਤਾ ਸੀਗਾ ਅਸੀਂ ਤੇ ਉਦੋਂ ਦੀ ਸੌਂਦੇ ਪਏ ਆ ਤੇ ਇੱਥੇ ਵੀ ਅੱਜ ਕੱਲ ਚੱਲਦੇ ਵਾ ਅੱਜ ਕੱਲ ਹੋਰ ਚੱਲਦੇ ਆ ਛੋਰਾ ਹਰਿਆਣੇ ਕਾ ਉਹ ਵੀ ਚੱਲ ਜਾਂਦਾ ਹੈ ਵਿੱਚ ਗਾਣਾ ਇੱਥੇ ਡੀਜੇ ਵਾਲੇ ਚਲਾਉਂਦੇ ਆ ਹਰਿਆਣੇ ਦੀਆਂ ਵਿਆਹਾਂ ਦੇ ਵਿੱਚ ਉਹ ਲੰਘਦੇ ਹੈਗੇ ਸਾਰੇ ਕਰਨ ਤੇ ਚਲੋ ਜੀ ਅਖੀਰ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬੈਠੇ ਤੁਹਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਸੁਨੇਹਾ ਇਹ ਹੈ ਜੀ ਬਸ ਸਾਰੇ ਸਭ ਨੂੰ ਵਧਾਈਆਂ ਦੀ ਵਸਾਖੀ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਔਰ ਥੋੜਾ ਜਿਹਾ ਆਪਣਾ ਜੇ ਵੀ ਤੁਸੀਂ ਥੋੜਾ ਜਿਹਾ ਧਿਆਨ ਰੱਖੋ ਕਿਉਂਕਿ ਹਜੇ ਕੋਵਿਡ ਖਤਮ ਨਹੀਂ ਹੋਇਆ ਮਾਸਕ ਪਾ ਕੇ ਰੱਖੋ ਔਰ ਆਪਣਾ ਜਿਹੜੀ ਉਹ ਵੈਕਸੀਨ ਹੋ ਸਕਦੀ ਤਾਂ ਤੁਸੀਂ ਲਵਾਓ ਜਰੂਰ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਇਹ ਇੱਥੇ ਦਾ ਪ੍ਰੋਗਰਾਮ ਜਿਹੜਾ ਇੱਕ ਵੱਖਰਾ ਰੰਗ ਹੈ ਸੀ ਤੁਹਾਡੇ ਰੂਪ ਰੂਪੇਸ਼ ਕਰ ਰਹੇ ਹਰ ਤਰ੍ਹਾਂ ਦਾ ਰੰਗ ਹਰ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਹੈ ਰਾਤ ਵਾਲੇ ਪ੍ਰੋਗਰਾਮ ਦਾ ਰੰਗ ਜਿਹੜਾ ਰਾਤੀ ਦੇਖਿਆ ਸਾਡੇ ਦਰਸ਼ਕਾਂ ਨੇ ਬਿਲਕੁਲ ਹੀ ਉਲਟ ਸੀਗਾ ਮੇਰੇ ਸਾਰੇ ਪ੍ਰੋਗਰਾਮਾਂ ਨੂੰ ਪਰ ਚੰਗੀ ਗੱਲ ਇਹ ਹੈ ਕਿ ਜਿਹੜੀ ਉਹ ਜਾਣਕਾਰੀ ਸੀਗੀ ਉਥੋਂ ਦੀ ਉਹ ਬਹੁਤ ਹੀ ਪਸੰਦ ਕੀਤੀ ਸਭ ਨੇ ਬਹੁਤ ਸਾਨੂੰ ਮੈਸੇਜ ਬੜੇ ਆਏ ਈਮੇਲਾਂ ਟੈਕਸਟ ਮੈਸੇਜ ਮੇਰੇ ਫੋਨ ਤੇ ਸੈੱਲ ਨੰਬਰ ਤੁਹਾਡੇ ਕੋਲ ਸਾਰਿਆਂ ਕੋਲ ਹੈਗਾ ਕਾਫੀ ਆਏ ਵੀ ਉਹ ਜਾਣਕਾਰੀ ਜਿਹੜੀ ਸੀ ਉਸ ਗੁਰੂ ਘਰ ਦੀ ਉਹ ਕ੍ਰੀਕ ਮੈਂ ਸਾਡੇ ਇੱਥੇ ਬੈਠੇ ਦਰਸ਼ਨ ਪ੍ਰੋਗਰਾਮ ਦੇਖਿਆ ਹੋਊਗਾ ਉਹ ਕ੍ਰੀਕ ਦਾ ਅਸੀਂ ਕੱਲ ਪ੍ਰੋਗਰਾਮ ਕੀਤਾ ਸੀਗਾ ਅ ਵਿਸਕਾਂਸਨ ਦੇ ਵਿੱਚੋਂ ਤੇ ਉਹਦੀ ਸਾਰੀ ਹਿਸਟਰੀ ਜਿਹੜੀ ਦੱਸੀ ਸੀ ਜਦੋਂ ਉਥੇ ਗੋਲੀ ਕਾਂਡ ਜਿਹੜਾ ਹੋਇਆ ਸੀ ਪਰ ਅੱਜ ਅਸੀਂ ਵਿਸਾਖੀ ਦੀ ਗੱਲ ਕਰ ਰਹੇ ਹਾਂ ਸ਼ੁਗਲ ਮੇਲੇ ਦੀ ਗੱਲ ਕਰ ਰਹੇ ਹਾਂ ਬ੍ਰੇਕ ਤੋਂ ਬਾਅਦ ਵੀ ਕਰਾਂਗੇ ਕੋਈ ਕੋਈ ਵਿਸਾਖੀ ਦਾ ਜਿਹੜਾ ਕੋਈ ਸਾਂਝਾ ਕਰਨਾ ਚਾਹੋ ਜੇ ਕੋਈ ਆਪਣਾ ਤਜਰਬਾ ਤੇ ਉਹ ਵੀ ਸਾਡੇ ਇੱਥੇ ਬੈਠੇ ਦਰਸ਼ਕ ਕਰ ਸਕਦੇ ਆ ਫਿਲਹਾਲ ਬ੍ਰੇਕ ਲੈ ਲੈਣਾ ਦੇਖਦੇ ਰਹੋ ਜਸਪੰਜਾਬੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰਾ ਜੀ ਅਸੀਂ ਇੰਡੀਆ ਗਾਰਡਨ ਮ ਵਿੱਚੋ ਪ੍ਰੋਗਰਾਮ ਕਰ ਰਹੇ ਆ ਇੰਡੀਆਨਾ ਸਟੇਟ ਦਾ ਹੀ ਇਹ ਸ਼ਹਿਰ ਪਿੰਦਾ ਹੈਗਾ ਔਰ ਰੋਡ ਟ੍ਰਿਪ ਸਾਡਾ 2021 ਚੱਲ ਰਿਹਾ ਆਖਰੀ ਪੜਾ ਜਿਹੜਾ ਸਾਡਾ ਇਹਦਾ ਚੱਲ ਰਿਹਾ ਗੱਲ ਚੱਲ ਰਹੀ ਹੈ ਇੰਡੀਆ ਗਾਰਡਨ ਦੇ ਵਿੱਚੋਂ ਔਰ ਸਾਡੇ ਨਾਲ ਵੱਖ-ਵੱਖ ਮਹਿਮਾਨ ਜੁੜੇ ਸੀ ਹੁਣ ਜਿਹੜੇ ਮਹਿਮਾਨ ਜੁੜੇ ਨੇ ਉਹਨਾਂ ਕੋਲੋਂ ਵੀ ਸਾਨੂੰ ਬੜੀ ਅਹਿਮ ਜਾਣਕਾਰੀ ਮਿਲੇਗੀ ਕਿਉਂਕਿ ਉਹ ਲੰਬੇ ਸਮੇਂ ਤੋਂ ਅਗਰ ਅਸੀਂ ਗੱਲ ਕਰ ਲਈਏ ਧਰਮ ਦੇ ਖੇਤਰ ਨਾਲ ਵੀ ਜੁੜੇ ਹੋਏ ਨੇ ਸਭਿਆਚਾਰ ਦੇ ਖੇਤਰ ਨਾਲ ਵੀ ਜੁੜੇ ਹੋਏ ਨੇ ਖੇਡਾਂ ਦੇ ਖੇਤਰ ਨਾਲ ਵੀ ਜੁੜੇ ਹੋਏ ਨੇ ਨਾਲ ਚਲੋ ਕੰਮ ਕਰ ਬਿਜ਼ਨਸ ਦਾ ਕਰਦੇ ਹੀ ਕਰਦੇ ਨੇ ਹਰ ਬੰਦਾ ਕੰਮ ਕਰਦਾ ਹੈ ਸਾਡੇ ਹੁਣ ਮਹਿਮਾਨ ਨੇ ਜੀ ਅੱਜ ਵਿਸਾਖੀ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਕੁਲਜੀਤ ਪਾਲ ਸਿੰਘ ਖਾਲੀਲ ਕੁਲਜੀਤ ਭਾਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੱਸ ਪੰਜਾਬੀ ਦੀ ਸਮੁੱਚੀ ਟੀਮ ਔਰ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸ਼ੁਭ ਦਿਹਾੜਾ ਹੈ ਖਾਲਸੇ ਦਾ ਜਨਮ ਦਿਨ ਮੈਂ ਸਾਰੀ ਸਮੁੱਚੀ ਜਿੰਨੇ ਵੀ ਸਰੋਤੇ ਔਰ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਮੈਂ ਸਾਰਿਆਂ ਨੂੰ ਲੱਖ ਲੱਖ ਵਿਸਾਖੀ ਦੀ ਵਧਾਈ ਦਿੰਦਾ ਹਾਂ ਬਹੁਤ ਮਿਹਰਬਾਨੀ ਜੀ ਪਹਿਲਾਂ ਮੈਂ ਨਾਮ ਤੁਹਾਡਾ ਬਹੁਤ ਸੋਹਣਾ ਤੁਹਾਡਾ ਕੁਲਜੀਤ ਪਾਲ ਸਿੰਘ ਖਲੀਲ ਖਲੀਲ ਦਾ ਤੁਹਾਡਾ ਇੱਕ ਮਤਲਬ ਇਹ ਤਖੱਲਸ ਹੈ ਜਾਂ ਕੁਝ ਹੋਰ ਜੀ ਮੇਰਾ ਪਿੰਡ ਹੈ ਖਲੀਲ ਇਹ ਜ਼ਿਲ੍ਹਾ ਕਪੂਰਥਲਾ ਚ ਉਪਲਾਥਰ ਬਲਾਕ ਜਿਹੜਾ ਸਾਨੂੰ ਪੁਲਾਥ ਹਲਕਾ ਪੈਂਦਾ ਪਿੰਡ ਖਲੀਲ ਛੋਟਾ ਪਿੰਡ ਹੈ ਖਲੀਲ ਠੀਕ ਹੈ ਜੀ ਅੱਛਾ ਅਸੀਂ ਗੱਲ ਅੱਜ ਕਰ ਰਹੇ ਸੀ ਵਿਸਾਖੀ ਦੀ ਜਿਵੇਂ ਅਸੀਂ ਵਧਾਈ ਦਿੰਨੇ ਆ ਤਾਂ ਮੈਂ ਜ਼ਰੂਰ ਚਾਹਾਂਗਾ ਤੁਹਾਡੇ ਕੋਲੋਂ ਜਾਣਕਾਰੀ ਸਾਡੇ ਦਰਸ਼ਕਾਂ ਵਾਸਤੇ ਪਹਿਲਾਂ ਪਿੰਡਾਂ ਦੇ ਵਿੱਚ ਮੇਲੇ ਬਹੁਤ ਵੱਡੇ ਲੱਗਦੇ ਹੁੰਦੇ ਸੀਗੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵਿਸਾਖੀ ਦਾ ਖਾਸ ਤੌਰ ਤੇ ਗੱਲ ਕਰੀਏ ਹੁਣ ਅੱਜ ਕੱਲ ਮੇਲੇ ਘੱਟ ਲੱਗਦੇ ਆ ਲੋਕ ਆਫਸ ਦੇ ਵਿੱਚ ਵਾਲੇ ਲੱਗਦੇ ਆ ਤੇ ਅਸੀਂ ਪੁਰਾਣੇ ਮੇਲਿਆਂ ਨੂੰ ਅੱਜ ਦੇ ਮੇਲਿਆਂ ਨਾਲ ਜੋੜ ਕੇ ਦੇਖੀਏ ਤਾਂ ਕੀ ਫਰਕ ਲੱਗਦਾ ਤੁਹਾਨੂੰ ਜਿਹੜੇ ਅੱਜ ਅਸੀਂ ਇੱਥੇ ਮੇਲੇ ਕਰਾਉਨੇ ਆ ਦੇਖੋ ਜੀ ਇੰਡੀਆ ਦਾ ਜਿਹੜਾ ਪੁਰਾਣਾ ਸੱਭਿਆਚਾਰ ਹੈ ਉਹ ਤਾਂ ਬਹੁਤ ਬੜਾ ਮਹੱਤਵਪੂਰਨ ਹੈ ਨਾ ਅਸੀਂ ਅੱਜ ਦੇ ਨਹੀਂ 86 ਦੇ ਇੱਥੇ ਆਏ ਆ ਉਹ ਤਾਂ ਬਹੁਤ ਵਧੀਆ ਉਰਾਨ ਕਾ ਮੇਲੇ ਔਰ ਕਦੀ ਕਦੀ ਕਿੰਨਾ ਇੰਜੋਏ ਕਰੀਦਾ ਸੀ ਇੱਥੇ ਮੇਲੇ ਚਲੋ ਇੱਥੇ ਵੀ ਬਹੁਤ ਵਧੀਆ ਲੋਕਾਂ ਦੇ ਪ੍ਰਾਲੇ ਨੇ ਬਹੁਤ ਅੱਛੇ ਮੇਲੇ ਇੱਥੇ ਵੀ ਹੋ ਰਹੇ ਨੇ ਯੂ ਐਸ ਏ ਆਲ ਓਵਰ ਹੋ ਰਹੇ ਬਸਾਖੀ ਦੇ ਇਹ ਤਾਂ ਸਾਡਾ ਖਾਲਸਾ ਦਾ ਦਿਹਾੜਾ ਜੀ ਸਾਡਾ ਜਨਮ ਦਿਨ ਹੈ ਸਾਡੇ ਬਾਪੂ ਗੁਰੂ ਗੋਬਿੰਦ ਸਿੰਘ ਖਾਲਸਾ ਸੋ ਜੋ ਰਹੇ ਨਿਆਰਾ ਜੀ ਹਾਂਜੀ ਉਹ ਉਹਨਾਂ ਦੇ ਨਾਲ ਅਸੀਂ ਜੁੜੇ ਹਾਂ ਉਸ ਗੁਰੂ ਮਹਾਰਾਜ ਦੀ ਕਿਰਪਾ ਇਹ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਪੂਰੀ ਮੱਲਾ ਮਾਰੀਆਂ ਪੰਜਾਬੀਆਂ ਨੇ ਜੀ ਬਹੁਤ ਜੀ ਬਿਲਕੁਲ ਇਹ ਅੱਛਾ ਜਿਹੜਾ ਇਹ ਅਸੀਂ ਵਿਸਾਖੀ ਦੀ ਗੱਲ ਕਰੀਏ ਆਮ ਤੌਰ ਤੇ ਵਿਸਾਖੀ ਜਦੋਂ ਵੀ ਕਹਿੰਦੇ ਸਿ ਵਿਸਾਖੀ ਦਾ ਕਣਕਾਂ ਨਾਲ ਸਬੰਧ ਜ਼ਿਆਦਾ ਮੰਨਦੇ ਆ ਕਣਕਾਂ ਦੇ ਨਾਲ ਵੀ ਕਣਕਾਂ ਆ ਗਈਆਂ ਜਦ ਫਸਲ ਆ ਗਈ ਆ ਧੂੜੀ ਤਨਸਾਂ ਬਹਾੜੀ ਵੇਚ ਵਟ ਕੇ ਤਿੰਨ ਗਮ ਚਾਤਰਕ ਨੇ ਕਿਹਾ ਪਰ ਜੇ ਅਸੀਂ ਖਾਲਸਾ ਸਿਰਜਣਾ ਦਿਵਸ ਦੀ ਗੱਲ ਕਰੀਏ ਤੇ ਕੀ ਲੱਗਦਾ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੀ ਗੱਲ ਕਰੀਏ ਤੇ ਕਿੰਨਾ ਕੁ ਬੱਚਿਆਂ ਤੱਕ ਇਹ ਪੇਰੈਂਟਸ ਸੁਨੇਹਾ ਪਹੁੰਚਾਉਂਦੇ ਨੇ ਵੀ ਅੱਜ ਖਾਲਸਾ ਸਿਰਜਣਾ ਦਿਵਸ ਜਿਹੜਾ ਹੈਗਾ ਕਿੰਨੇ ਕੁ ਬੱਚਿਆਂ ਨੂੰ ਇਹਦਾ ਇਤਿਹਾਸ ਪਤਾ ਹੋਏਗਾ ਮੇਰੇ ਖਿਆਲ ਅਜੀ ਬਹੁਤ ਲੋੜ ਹੈ ਜਾਗਰਤਾ ਦੀ ਜਿਹੜੀ ਤੁਸੀਂ ਗੱਲ ਕੀਤੀ ਵੇ ਬੱਚਿਆਂ ਨੂੰ ਦੱਸਣਾ ਚਾਹੀਦਾ ਔਰ ਸਾਡੇ ਲੋਕਲ ਬੇਸਿਕਲੀ ਹਰ ਬੱਚੇ ਨੂੰ ਪਤਾ ਵੀ ਸਾਡਾ ਖੰਡਪਾੜ ਸਾਹਿਬ ਜਿਵੇਂ ਵੀਕਐਂਡ ਤੇ 13 ਨੂੰ ਵਿਸਾਖੀ ਹੈ ਸਾਡੇ ਹਮੇਸ਼ਾ ਵੀਕਐਂਡ ਨੂੰ ਪਿਕ ਕਰੀਦਾ ਛੋਟੇ ਸ਼ਹਿਰ ਹੈ ਜਿਵੇਂ ਵੱਡੇ ਸ਼ਹਿਰ ਨਿਊਯਾਰਕ ਹੋ ਕੇ ਵੱਡੇ ਸ਼ਹਿਰਾਂ ਚ ਉੱਥੇ ਤਾਂ ਉਹ ਸੇਮ ਡੇ ਮਨਾ ਲੈਂਦੇ ਨੇ ਔਰ ਸੰਡੇ ਵੀ ਦੁਮਾਨ ਲਗਦੇ ਨੇ ਔਰ ਸਾਡੇ ਬੱਚੇ ਪੂਰੇ ਜਾਗਰੂਕ ਨੇ ਅੱਜ ਸਵੇਰੇ ਘਰੋਂ ਆਏ ਔ ਸਾਰਿਆਂ ਨੇ ਖਾਲਸਾ ਦੀ ਜਨਮ ਦਿਨ ਦੀ ਵਧਾਈਆਂ ਦਿੱਤੀਆਂ ਨੇ ਔਰ ਮੇਰੇ ਖਿਆਲ ਬੱਚੇ ਬਹੁਤ ਅਵੇਅਰ ਨਹੀਂ ਜੀ ਪੰਜਾਬੀ ਬੱਚੇ ਬਹੁਤ ਅਵੇਅਰ ਨਹੀਂ ਅਵੇਅਰ ਕਾਫੀ ਹੁਣ ਫਰਕ ਪੈ ਗਿਆ ਕਿਉਂਕਿ ਅਸੀਂ ਪਹਿਲਾਂ ਦੇਖਦੇ ਸੀਗੇ ਪਹਿਲਾਂ ਸਾਡੇ ਬਹੁਤ ਸਾਰੇ ਜਿਹੜਾ ਨਾਮ ਦੇ ਵਿੱਚੋਂ ਸਿੰਘ ਗਾਇਬ ਹੀ ਹੋ ਗਏ ਸੀ ਹੁਣ ਦੁਵਾਰਾ ਇੱਕ ਸਮਾਂ ਇਹ ਲੱਗਦਾ ਵੀ ਸਿੰਘ ਦੁਵਾਰਾ ਬੱਚਿਆਂ ਦੇ ਨਾਮ ਪੂਰੇ ਜੋਰ ਸ਼ੋਰ ਦੇ ਨਾਲ ਸਿੰਘ ਰੱਖਦੇ ਨੇ ਪਹਿਲਾਂ ਤਾਂ ਸ਼ਾਰਟ ਨੇਮ ਰੱਖਣ ਦੀ ਕੋਸ਼ਿਸ਼ ਕਰਦੇ ਸੀ ਹੁਣ ਥੋੜੀ ਜਿਹੀ ਸੋਝੀ ਆਈ ਹੈ ਵੀ ਭਾਈ ਸਿੰਘ ਨਾਮ ਰੱਖਣਾ ਚਾਹੀਦਾ ਸਾਡੇ ਕਲਾਕਾਰਾਂ ਨੂੰ ਵੀ ਮੈਂ ਪੁੱਛਦਾ ਹੁੰਦਾ ਸਵਾਲ ਮੈਂ ਸਭ ਤੋਂ ਪਹਿਲੇ ਤਾਂ ਦੇ ਨਾਲ ਨਾਲ ਮੇਰਾ ਵੀ ਨਾਮ ਹੀ ਕਸਤਾਂ ਦੇ ਵਿੱਚ ਜਗਤਾਰ ਜੱਗੀ ਹੁੰਦਾ ਸੀ ਫਿਰ ਬਾਅਦ ਵਿੱਚ ਮਹਿਸੂਸ ਹੋਇਆ ਵੀ ਜੇ ਮੈਂ ਅਸੀਂ ਸਿੰਘ ਕੱਢਤਾ ਗਾ ਸਾਡੇ ਨਾਂ ਨੇ ਕੱਢਤਾ ਤੀਜੀ ਪੀੜੀ ਤੱਕ ਜਮੇ ਕੰਮ ਖਤਮ ਹੋ ਜਾਊ ਫਿਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰ ਦਿੰਦਾ ਵੀ ਸਿੰਘ ਨਾਮ ਜਿਹੜਾ ਸਾਡੇ ਨਾਲ ਜਰੂਰ ਲਾਓ ਚਾਹੇ ਅਗਲਾ ਨਾਮ ਬੇਸ਼ੱਕ ਛੋੜਾ ਕਰ ਲਓ ਸਿੰਘ ਜਰੂਰ ਲੱਗਣਾ ਚਾਹੀਦਾ ਇਹ ਤੁਸੀਂ ਵੀ ਸੁਣਿਆ ਦੇ ਦਿਓ ਦੇਖੋ ਜੀ ਇਹ ਬਹੁਤ ਜ਼ਰੂਰੀ ਹੈ ਸਾਨੂੰ ਕੋਈ ਬੱਚਾ ਝੂੜਾ ਤੇ ਊੜਾ ਬਹੁਤ ਜ਼ਰੂਰੀ ਹੈ ਇਹ ਸਾਨੂੰ ਲੋੜ ਹੈ ਇੱਕ ਸਿੱਖ ਕੌਮ ਹੈ ਇੱਕ ਬਹੁਤ ਨਿਰਾਲੀ ਕੌਮ ਹੈ ਗੁਰੂ ਸਾਹਿਬ ਨੇ ਸਾਜੀ ਹੈ ਔਰ ਸਾਨੂੰ ਬੱਚਿਆਂ ਨੂੰ ਬਹੁਤ ਅਵੇਅਰ ਕਰਕੇ ਬੱਚੇ ਸਾਡੇ ਜਿਹੜੇ ਬੱਚੇ ਨੇ ਖੁਦ ਇੱਥੇ ਲੋਕਲ ਜਿੰਨੇ ਵੀ ਮੋਸਟਲੀ ਸਰਦਾਰ ਬੱਚੇ ਨੇ ਛੋਟੇ ਟਾਊਨ ਨੇ ਸਾਡੇ ਔਰ ਕੋਈ ਕੋਈ ਪ੍ਰੋਬਲਮ ਨਹੀਂ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਹਰ ਹਰ ਕੋਈ ਰਿਸਪੈਕਟ ਕਰਦਾ ਹਰ ਇੱਕ ਧਰਮ ਦੀ ਤੇ ਮੇਰੇ ਹਿਸਾਬ ਨਾਲ ਬੱਚਿਆਂ ਦੇ ਜੂੜੇ ਔਰ ਬੱਚੇ ਦਾ ਸਿੰਘ ਜ਼ਰੂਰ ਨਾਂ ਰੱਖਣਾ ਚਾਹੀਦਾ ਕੁੜੀ ਦਾ ਨਾਂ ਕੌਰ ਰੱਖਣਾ ਚਾਹੀਦਾ ਨਾ ਕਿ ਸਿੰਘ ਕਈ ਬਾਹਲੇ ਲੋਕਾਂ ਨੇ ਕੁੜੀ ਦਾ ਨਾਂ ਪਿੱਛੇ ਸਿੰਘ ਲਾਇਆ ਹੁੰਦਾ ਕੌਰ ਚਾਹੀਦੀ ਗੁਰੂ ਮਹਾਰਾਜ ਕਹਿ ਕੇ ਗਏ ਵੀ ਕੌਰ ਜਿਹੜੀ ਕੁਵੀਨ ਹੈ ਸਿੰਘ ਜਿਹੜੇ ਲਾਉਂਦੇ ਨੇ ਜ ਕੁੜੀ ਦੇ ਨਾਮ ਉਹਨਾਂ ਦਾ ਕੋਈ ਆਪਣੀ ਭਾਵਨਾ ਹੋ ਸਕਦੀ ਹੈ ਕਿ ਜਾਂ ਕਈਆਂ ਦੀ ਤੇ ਇਹ ਸੋਚ ਹੁੰਦੀ ਵੀ ਸਾਡੇ ਅਸੀਂ ਕੁੜੀ ਮੁੰਡੇ 'ਚ ਕੋਈ ਫਰਕ ਨਹੀਂ ਚਲੋ ਆਪੋ ਆਪਣੀ ਸੋਚ ਹੈ ਅੱਛਾ ਤੁਸੀਂ ਪਹਿਲਾਂ ਨਿਊਯਾਰਕ ਸੀਗੇ ਹਾਂਜੀ ਵੀਰ ਜੀ ਮੈਂ 1986 'ਚ ਨਿਊਯਾਰਕ ਆਇਆ ਮੈਂ 10ਵੀਂ 'ਚ ਪੜਦਾ ਐਗਜ਼ਾਮ ਦੇ ਕੇ ਤੇ ਕੁਦਰਤੀ ਵੀਜ਼ਾ ਮਿਲ ਗਿਆ ਮੇਰੇ ਫਾਦਰ ਸਾਹਿਬ ਇੱਥੇ ਸਨ ਤੇ 86 ਦੇ ਵਿੱਚ ਸਾਡਾ ਨਿਊਯਾਰਕ ਆਉਣਾ ਹੋਇਆ ਮੇਰਾ ਜੀ ਪਰ ਤੇ ਹੁਣ ਫਿਰ ਇੱਥੇ ਮੂਵ ਹੋ ਗਏ ਜਾਂ ਵੈਸੇ ਘੁੰਮਣ ਫਿਰਨ ਆਏ ਨਹੀਂ ਜੀ 2001 ਚ ਮੈਂ ਫਿਰ ਬਿਜ਼ਨਸ ਇੱਥੇ ਮਿਸ਼ੀਗਨ ਸਿਟੀ ਇੰਡੀਆਨਾ ਚ ਇੱਥੇ ਸ਼ੁਰੂ ਕੀਤਾ ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਹੀ ਬਸ ਜੀ 20 ਸਾਲ ਹੋ ਗਏ ਚੀਮਾ ਜੀ ਦੇ ਨਾਲ ਹੀ ਇੱਥੇ ਜੀ ਬਹੁਤ ਬਾਬੇ ਦੀ ਕਿਰਪਾ ਜੀ ਕੀ ਕੰਮਕਾਰ ਹੈਗੇ ਜੀ ਸਾਡੇ ਕੋਲ ਗੈਸ ਸਟੇਸ਼ਨ ਹੈ ਲਿਕਰ ਸਟੋਰ ਹੈ ਰੀਅਲ ਏਸਟੇਟ ਦਾ ਬਿਜ਼ਨਸ ਹੈ ਤੇ ਬੜੀ ਕਿਰਪਾ ਜੀ ਅੱਛਾ ਤੁਸੀਂ ਆਪਾ ਖੇਡਾਂ ਕਬੱਡੀਆਂ ਵਗੈਰਾ ਨਾਲ ਆਮ ਚਲੋ ਆ ਮਿਸਾਲ ਇੱਕ ਨਹੀਂ ਹੋਈਆਂ ਹੁਣ ਸੰਭਾਵਨਾ ਹੈਗੀ ਵੀ ਆਉਣ ਵਾਲੇ ਜੁਲਾਈ ਅਗਸਤ ਤੋਂ ਬਾਅਦ ਫਿਰ ਉਸੇ ਤਰ੍ਹਾਂ ਮੇਲੇ ਲੱਗਣਗੇ ਤੇ ਤੁਸੀਂ ਖੇਡਾਂ ਦੇ ਨਾਲ ਵੀ ਜੁੜੇ ਹੋਏ ਹੋ ਮੇਲੇ ਸਭਿਆਚਾਰਕ ਮੇਲੇ ਵਗੈਰਾ ਵੀ ਕਰਾਉਂਦੇ ਰਹੇ ਹੋ ਹਾਂਜੀ ਬਹੁਤ ਅਸੀਂ ਖੇਡਾਂ ਨੂੰ ਕਬੱਡੀ ਤਾਂ ਸਾਡਾ ਆਪਣਾ ਸ਼ੌਂਕ ਹੈ ਹੀ ਹਾਈ ਸਕੂਲ ਖੇਡੀ ਵੀ ਆ ਅੱਛਾ ਜੀ ਤੇ ਉਹਦੋਂ ਨੈਸ਼ਨਲ ਸਟਾਈਲ ਖੇਡਦੇ ਹੁੰਦੇ ਸੀ ਗਵਰਨਮੈਂਟ ਸਕੂਲੇ ਪੜ੍ਹਦੇ ਸੀ ਹੁਣ ਵੀ ਅਸੀਂ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਸਾਊਥ ਪੈਂਡ ਦਾ ਹੀ ਜਿਹੜਾ ਬਣਾਇਆ ਹੈ ਹੀ ਇਹ ਜੁਲਾਈ ਅਗਸਤ ਦੇ ਵਿੱਚ ਇਹ ਟੂਰਨਾਮੈਂਟ ਕਰਾਂਗੇ ਔਰ ਅਹੀ ਇਨ੍ਹਾਂ ਭਰਾਵਾਂ ਦਾ ਇੰਨਾ ਪਿਆਰ ਹੈ ਕਿ ਇਨ੍ਹਾਂ ਨੇ ਮੈਨੂੰ ਇੰਡੀਆ ਵੀ ਭੇਜਿਆ ਅਹੀ ਕਿਸਾਨਾਂ ਦੇ ਮੋਰਚੇ ਤੇ ਵੀ 6 ਦਿਨ ਲਾ ਕੇ ਆਏ ਜੀ ਤੇ ਕਿਸਾਨ ਇਕਤਾ ਦੇ ਜੋ ਵੀ ਇੰਡੀਆ 'ਚ ਜੋ ਤਿੰਨ ਕਾਲੇ ਕਾਨੂੰਨ ਬਣੇ ਤੇ ਮੈਂ ਇਨ੍ਹਾਂ ਭਰਾਵਾਂ ਦਾ ਵੀ ਸ਼ੁਕਰੀਆ ਤਾਂ ਕਰਨਾ ਕਿ ਜਿਹੜਾ ਅੱਗੇ ਲਾ ਕੇ ਮੈਨੂੰ ਇਨ੍ਹਾਂ ਨੇ ਉੱਥੇ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਇੱਥੇ ਵੀ ਟੂਰਨਾਮੈਂਟ ਕਰਾਂਗੇ ਔਰ ਤੁਹਾਡੇ ਭਰਾਵਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਮਾੜੀ ਕਿਰਪਾ ਕਰੇਗਾ ਚੜ੍ਹਦੀ ਕਲਾ ਇਹ ਪਹਿਲਾ ਵੀ ਹੁੰਦੇ ਜੀ ਟੂਰਨਾਮੈਂਟ ਇੱਥੇ ਤੇ ਪਹਿਲੀ ਵਾਰ ਕਰਵਾਉਣ ਲੱਗੇ ਆ ਇਸ ਮਿਸਵਾਕਾ ਦੇ ਵਿੱਚ ਜਾਂ ਆਪਣਾ ਇਸ ਏਰੀਆ ਵਿੱਚ ਇਹ ਜੀ ਪਹਿਲੀ ਵਾਰੀ ਹੋਏਗਾ ਪਰ ਸਾਡਾ ਪੂਰੀ ਟੀਮ ਸ਼ਿਕਾਗੋ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਟੂਰਨਾਮੈਂਟ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੰਦੇ ਰਹੇ ਆ ਔਰ ਇਹ ਬਸ ਸ਼ਿਕਾਗੋ ਚ 19 ਸਾਲ 20 ਸਾਲ ਹੋ ਗਿਆ ਸੀ ਪੂਰੇ ਟੂਰਨਾਮੈਂਟ ਹਰ ਸਾਲ ਦੇਖੇ ਜੀ ਤਿੰਨ ਤਿੰਨ ਵੀ ਕਰਾਉਂਦੇ ਲੋਕੀ ਜੀ ਤੇ ਫਿਰ ਇੱਥੇ ਟੀਮਾਂ ਜਿਹੜੀਆਂ तकरीबन ਉਹੀ ਸਾਰੀਆਂ ਆਉਂਦੀਆਂ ਜਿਵੇਂ ਬਾਕੀ ਹੋਣਗੀਆਂ ਉਹੀ ਟੀਮਾਂ ਹੋਣਗੀਆਂ ਕਿ ਕਿਉਂਕਿ ਅਗਰ ਤੁਸੀਂ ਜੁਲਾਈ ਅਗਸਤ ਦੇ ਵਿੱਚ ਕਰਾਉਣ ਬਾਰੇ ਸੋਚ ਰਹੇ ਹੋ ਤੇ ਕੁਦਰਤੀ ਗੱਲ ਹੈ ਕਿ ਤਿਆਰੀ ਜਿਹੜੀ ਤੁਸੀਂ ਹੁਣ ਸ਼ੁਰੂ ਕਰ ਦਿੱਤੀ ਹੋਊ ਤੁਹਾਡੀ ਕਲੱਬ ਦੀਆਂ ਮੀਟਿੰਗਾਂ ਵਗੈਰਾ ਸਾਰੀਆਂ ਹੋਣੀ ਸ਼ੁਰੂ ਹੋ ਗਈਆਂ ਹੋਣਗੀਆਂ ਤੇ ਕੀ ਰੂਪਰੇਖੀ ਰੱਖਣੀ ਚਾਹੀਦੀ ਜਦੋਂ ਇਹਦੀ ਮੇਲੇ ਦੀ ਮੇਲੇ 'ਚ ਦੇਖੋ ਜੀ ਸਾਡਾ ਇਹ ਹੈ ਕਿ ਲੇਡੀਜ਼ ਔਰ ਬੱਚਿਆਂ ਲਈ ਵੀ ਕੁਝ ਨਾ ਕੁਝ ਸਹੀ ਅਲੱਗ ਕਰੀਏ ਜਿਹੜੇ ਕਿ ਬੱਚੇ ਔਰ ਲੇਡੀਜ਼ ਵੀ ਆਣ ਔਰ ਮੋਸਟਲੀ ਮਿਡ-वेस्ट ਦੇ ਵਿੱਚ ਜਿੰਨੇ ਟੂਰਨਾਮੈਂਟ ਹੁੰਦੇ ਸਾਰੇ ਲੇਡੀਜ਼ ਔਰ ਬੱਚੇ ਆਉਂਦੇ ਆ ਅਸੀਂ ਚਾਹੁੰਦੇ ਆ ਕਿ ਲੇਡੀਜ਼ ਲਈ ਉਹ ਜਾ ਕੰਮ ਕਰੀਏ ਕੋਈ ਸਾਡੇ ਲੇਡੀਜ਼ ਸਿੰਗਰ ਆਣ ਕੋਈ ਕੁਝ ਹੋਰ ਵੀ ਜਿਹਨੇ ਐਂਟਰਟੇਨਮੈਂਟ ਲੇੜੀ ਦਾ ਵੀ ਹੋਵੇ ਔਰ ਬੱਚਿਆਂ ਦਾ ਉਹਨਾਂ ਦੀਆਂ ਵੀ ਸਪੋਰਟਸ ਕੀਤੀਆਂ ਜਾਣ ਛੋਟੇ ਬੱਚਿਆਂ ਦੀ ਤੇ ਔਰ ਕਬੱਡੀ ਦੇ ਪਲੇਅਰ ਤੇ ਅਸੀਂ ਜੀ ਦੇਖੋ ਜੀ ਜੋ ਇੰਡੀਆ ਦੇ ਬੈਸਟ ਕਬੱਡੀ ਪਲੇਅਰ ਸਾਡੀ ਕੋਸ਼ਿਸ਼ ਵੀ ਉਹ ਸਾਰੇ ਇੱਥੇ ਆਉਣਗੇ ਸਾਡੇ ਕੋਲ ਜੀ ਅੱਛਾ ਲਿਆ ਤੁਸੀਂ ਗੱਲ ਕੀਤੀ ਲੇਡੀਜ਼ ਦੀ ਇੱਥੇ ਅਸੀਂ ਜਿੰਨੇ ਵੀ ਪ੍ਰੋਗਰਾਮ ਵਾਸਤੇ ਕਰਦੇ ਆਉਣੇ ਆ ਲਾਈਵ ਕੀਤੇ तकरीबन ਸਾਰੇ ਸ਼ਿਕਾਗੋ ਵੀ ਮਿਸ਼ੀਗਨ ਵੀ ਤੇ ਸੈਂਸਰਾ ਟੀਵੀ ਪ੍ਰੋਗਰਾਮ ਕਰਦੇ ਟੀਵੀ ਤੇ ਦਿਖਾਉਂਦੇ ਰਹਿੰਦਾ ਔਰ ਮੈਨੂੰ ਮਿਸ਼ੀਗਨ ਦੀ ਗੱਲ ਮੈਨੂੰ ਚਤੇ ਆ ਰਹੀ ਉਹ ਉੱਥੇ ਵੀ ਲੇਡੀਜ਼ ਦੀਆਂ ਕਾਫੀ ਸਾਰੀਆਂ ਖੇਡਾਂ ਉਹ ਰੱਖਦੇ ਨੇ ਜਿਵੇਂ ਚਾਤੀ ਰੇਸ ਹੁੰਦੀ ਆ ਬਜ਼ੁਰਗਾਂ ਦੀ ਰੇਸ ਬਜ਼ੁਰਗ ਵੀ ਰੱਖਦੇ ਨੇ ਬੱਚਿਆਂ ਦਾ ਆਡ ਰੱਖਦੇ ਨੇ ਸੋ ਇਹ ਬਹੁਤ ਵਧੀਆ ਗੱਲ ਹੈ ਤੇ ਟੋਟਲ ਕਿੰਨੀ ਕੁ ਸੰਭਾਵਨਾ ਹੈਗੀ ਆ ਇਹ ਕਿਸ ਕਿਸ ਏਰੀਆ ਚੋਂ ਤੁਹਾਡੇ ਇਸ ਟੂਰਨਾਮੈਂਟ ਦੇ ਵਿੱਚ ਲੋਕ ਆਉਣਗੇ ਸੰਗਤ ਜਿਹੜੀ ਅਸੀਂ ਗੱਲ ਕਰਦੇ ਆਂ ਦੇਖਣ ਆਲੇ ਸਾਡੇ ਜੀ ਦੇਖੋ ਮਿਡ ਵੈਸਟ ਪੂਰਾ ਆਏਗਾ ਜੀ ਸਾਡਾ ਅਸੀਂ ਖੁਦ ਸਿਨਸਨਰਿਟੀ ohio ਮਿਸ਼ੀਗਨ ਡੀਟ੍ਰੋਇਟ ਮਿਸ਼ੀਗਨ ਪੂਰਾ ਇਲਾਨੋਇਸ ਇੰਡੀਆਨਾਪੋਲਿਸ ਇੰਡੀਆਨਾ ਸਾਡੇ ਕੋਲ ਕਾਫੀ ਸੰਭਾਵਨਾ ਹੈ ਔਰ ਸਾਡਾ ਬੜਾ ਮਤਲਬ ਪਿਆਰ ਹੈ ਹਰ ਹਰਕ ਹਰਕ ਸ਼ਹਿਰ ਦੇ ਵਿੱਚ ਆਹੀ ਖੁਦ ਉਹਨਾਂ ਦੇ ਨਾਲ ਉਹਨਾਂ ਦੀ ਹੈਲਪ ਕਰਦੇ ਆਂ ਔਰ ਸਾਨੂੰ ਆਸ ਹੈ ਉਹ ਸਾਡੀ ਵੀ ਹੈਲਪ ਕਰਨਗੇ ਜੀ ਔਰ ਬੜੀ ਵਧੀਆ ਗੱਲ ਹੈ ਮੇਲੇ ਇਸ ਤਰ੍ਹਾਂ ਦੇ ਹੁਣ ਸ਼ੁਰੂ ਹੋ ਗਏ ਆ ਤੇ ਹੋਣੇ ਚਾਹੀਦੇ ਆ ਤੇ ਅਚਾ ਇੱਕ ਵੈਸੀ ਹੀ ਸਵਾਲ ਚਲੋ ਇਹਨਾਂ ਦੇ ਅਪਚੀਮਾ ਸਾਹਿਬ ਦੇ ਬੈਠੇ ਰੈਸਟੋਰੈਂਟ ਦੇ ਵਿੱਚ ਤੇ ਮੈਨੂੰ ਲੱਗ ਤੁਸੀਂ ਕਾਫੀ ਪੁਰਾਣੇ ਜਾਣਦੇ ਹੋ ਤੇ ਮੈਨੂੰ ਲੱਗਦਾ ਨਹੀਂ ਕਿਤੇ ਗੁੱਸਾ ਗੱਸਾ ਹੁੰਦਾ ਹੁਕਾ ਹੁੰਦਾ ਇਹਨੂੰ ਨਹੀਂ ਚੀਮਾ ਇਜ਼ ਬਹੁਤ ਸ਼ਾਂਤ ਨੇ ਜੀ ਬਹੁਤ ਅੱਛੇ ਨੇ ਫਰੈਂਡ ਨੇ ਫਰੈਂਡਲੀ ਨੇ ਚਿਮਾਈ ਜੀ ਤੇ ਕੀ ਬਾਤ ਹੈ ਜੀ ਸਾਨੂੰ ਤੇ ਚਾਬੀ ਵੀ ਦੇ ਜਿੰਦੇ ਵੀ ਰਾਤ ਬੰਦ ਕਰਕੇ ਚਲੇ ਜੀ ਚਿਮਾਈ ਜੀ ਦਾ ਗ੍ਰੇਟ ਗਾਇ। ਥੈਂਕ ਯੂ ਥੈਂਕ ਯੂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੁਲਜੀਤਪਾਲ ਸਿੰਘ ਜੀ ਖਲੀਲ ਸਾਹਿਬ ਪਿੰਡ ਦੀ ਵੀ ਜਾਣਕਾਰੀ ਹੋਗੀ ਸਮਾਂ ਆਪਾਂ ਵੰਡ ਕੇ ਲਿਆ ਅਦਰਵਾਜੀ ਤੇ ਮੇਰੇ ਖਿਆਲ ਚ ਅਜੇ ਗੱਲਾਂ ਬਹੁਤ ਸੀ ਅਸੀਂ ਕਿਸਾਨ ਮੋਰਚੇ ਦੀ ਵੀ ਗੱਲ ਕਰ ਸਕਦੇ ਹਾਂ ਪੰਜਾਬ ਦੀਆਂ ਹੋਰ ਗੱਲਾਂ ਬਹੁਤ ਕਰਨ ਵਾਲੀਆਂ ਸੀਗੀਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਜ਼ਰੂਰ ਜੀ ਅਗਿਆ ਦੁਬਾਰਾ ਫਿਰ ਅਸੀਂ ਕਿਸੇ ਸਮੇਂ ਤੁਹਾਡੇ ਕੋਲੋਂ ਜਾਣਕਾਰੀ ਲਈਏ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਸਾਡੇ ਦਰਸ਼ਕ ਦੇਖ ਰਹੇ ਸੀਗੇ ਜੀ ਉਹ ਇੰਡੀਆ ਗਾਰਡਨ ਜਿਹੜਾ ਹੈ ਮਿਸ਼ਵਾਕਾ ਦੇ ਵਿੱਚ ਇੱਥੋਂ ਪ੍ਰੋਗਰਾਮ ਪੇਸ਼ ਕਰ ਰਹੇ ਸੀ ਤੁਹਾਡੇ ਉਮੀਦ ਕਰਦੇ ਹਾਂ ਪ੍ਰੋਗਰਾਮ ਵਧੀਆ ਲੱਗਿਆ ਹੋਊਗਾ ਤੇ ਵਿਸਾਖੀ ਦੀਆਂ ਇੱਕ ਵਾਰ ਫਿਰ ਬਹੁਤ- ਵਧਾਈਆਂ ਦਿੰਦੇ ਆ ਤੇ ਤੁਸੀਂ ਵੀ ਆਪਣੇ ਸ਼ਹਿਰ ਦੇ ਵਿੱਚ ਕਿਤੇ ਕੋਈ ਪ੍ਰੋਗਰਾਮ ਕਰਵਾਉਣਾ ਚਾਹੁੰਦੇ ਹੋ ਅਸੀਂ ਹੁਣ ਫੇਰ ਅਤੋਰਾ ਸ਼ੁਰੂ ਕਰ ਦਿੱਤਾ ਵੈਕਸੀਨ ਲਗਵਾ ਕੇ ਬਕਾਇਦਾ ਤੇ ਤੁਸੀਂ ਵੀ ਸਭ ਨੇ ਉਮੀਦ ਕਰਦਾ ਲਵਾਲੀ ਹੋਊਗੀ ਜਿਨ੍ਹਾਂ ਨੇ ਨਹੀਂ ਲਵਾਏ ਟੀਕੇ ਹਜੇ ਉਹ ਲਵਾ ਲਓ ਤਾਂ ਕਿ ਫਿਰ ਪਹਿਲਾਂ ਵਾਂਗੂ ਖੁੱਲ ਕੇ ਜੱਫੀਆਂ ਪਾ ਕੇ ਇੱਕ ਦੂਜੇ ਨੂੰ ਮਿਲ ਸਕੀਏ ਔਰ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਕਹਿੰਦੇ ਵੀ ਕਰੋਨਾ ਜਿਨ੍ਹਾਂ ਦੇ ਟੀਕੇ ਟੁਕੇ ਲੱਗੇ ਸੀ ਉਹਨਾਂ ਨੂੰ ਫੇਰ ਪੋਜ਼ਿਟਿਵ ਨਿਕਲ ਆਇਆ ਫਿਰ ਉਹਦਾ ਤਾਂ ਇਹੀ ਲੱਗਦਾ ਜੀ ਵੀ ਜਾਂ ਤਾਂ ਉਹ ਟੀਕਾ ਨਕਲੀ ਹੈ ਤੇ ਜਾਂ ਫਿਰ ਕੋਰੋਨਾ ਨਕਲੀ ਹੈ ਕੋਈ ਪਤਾ ਨਹੀਂ ਇੰਡੀਆ ਦਾ ਵਿੱਚ ਜੋ ਕਹਿੰਦੇ ਵੀ ਹੈਗਾ ਸੱਚ ਹੀ ਹੈ ਕੁਝ ਨਹੀਂ ਕਹਿ ਸਕਦੇ ਸੋ ਸਾਰੇ ਜਣੇ ਵੈਕਸੀਨ ਲਵਾਓ ਜੀ ਆਪਣੇ ਸ਼ਹਿਰ ਦੇ ਵਿੱਚ ਕੋਈ ਪ੍ਰੋਗਰਾਮ ਸਾਡਾ ਕਿਸੇ ਵੀ ਤਰ੍ਹਾਂ ਦਾ ਕਰਾਉਣਾ ਚਾਹੁੰਦੇ ਹੋ ਫਿਲਹਾਲ ਅਸੀਂ ਜਿਹੜੇ ਪ੍ਰੋਗਰਾਮ ਕੀਤੇ ਆ ਕਰ ਰਹੇ ਆ ਜਾਂ ਉਹ ਮੇਰਾ ਪ੍ਰੋਗਰਾਮ ਤੇ ਅੱਜ ਦਾ ਮੁੱਦਾ ਅਸੀਂ ਕਰੀਦਾ ਜਾ ਕੇ ਸ਼ਹਿਰ ਦੇ ਵਿੱਚ ਜਾਂ ਫਿਰ ਮੇਰੀ ਕਹਾਣੀ ਜਿਹੜੀ ਜਰਨੀ ਆ ਉਹ ਵੀ ਅਸੀਂ ਕਾਫੀ ਕੀਤੀਆਂ ਨੇ ਔਰ ਨਾਲ ਦੀ ਨਾਲ ਬਿਕਰ ਬਾਦਸ਼ਾ ਨੂੰ ਵੀ ਦੁਆਰਾ ਲਿਆਂਦਾ ਵਿੱਚ ਮਾਰਕੀਟ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਤੁਸੀਂ ਕਿਤੇ ਕਰਵਾਉਣਾ ਚਾਹੁੰਦੇ ਹੋ ਤਾਂ ਈਮੇਲ ਕਰ ਸਕਦੇ ਹੋ jaggi@broadcasting.com ਜਾਂ ਫਿਰ info@broadcasting.com ਇਸ ਤੋਂ ਇਲਾਵਾ ਫੇਸਬੁੱਕ ਟਵਿੱਟਰ ਹੈ ਜੀ ਸਾਡਾ ਵਟਸਐਪ ਦਾ ਨੰਬਰ ਜਿੱਤੇ ਤੁਸੀਂ ਟੈਕਸਟ ਮੈਸੇਜ ਸਿਰਫ ਕਰ ਸਕਦੇ ਹੋ ਕੋਸ਼ਿਸ਼ ਕਰੀਦੀ ਦੀ ਸਭ ਦੇ ਜਵਾਬ ਦੇਣ ਦੀ ਪਰ ਕਈ ਵਾਰੀ ਜਵਾਬ ਨਹੀਂ ਦੇ ਹੁੰਦਾ ਪਰ ਤੁਹਾਡਾ ਸੁਨੇਹਾ ਸਾਡੇ ਤੱਕ ਜਰੂਰ ਪਹੁੰਚ ਜਾਂਦਾ ਹੈ 718 784 090 ਇਹ WhatsApp ਨੰਬਰ ਸਾਡਾ ਤੇ ਨਾਲ ਦੀ ਨਾਲ ਮੇਰਾ ਸੈੱਲ ਨੰਬਰ ਸਾਡਾ ਸਭ ਕੋਲੇ ਹੈਗਾ 2094503362 ਮੈਂ ਸਭ ਦਾ ਇੱਥੇ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਸਾਰਿਆਂ ਦਾ ਕਿੰਨੇ ਮਹਿਮਾਨ ਚੱਲ ਕੇ ਆਏ ਨੇ ਅਮਰਜੀਤ ਸਿੰਘ ਚੀਮਾ ਜੀ ਪਾਲ ਸਾਹਿਬ ਸਾਡੇ ਨਾਲ ਬੈਠੇ ਨੇ ਬਾਕੀ ਵੀ ਜਿੰਨੇ ਵੀ ਮਹਿਮਾਨ ਆਏ ਆ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਵਿਦਾ ਲੈਂਦੇ ਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ